ਆਹੇਬੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਹਰ ਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਹਾਜ਼ਰੀਨ ਹੋ ਕਰਕੇ ਆਪ ਸਰਬੱਤ ਸੰਗਤ ਨੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾ ਪਾਸੋਂ ਤੁਰਕੀ ਬਾਣੀ ਦਾ ਫੁਰਮਾਨ ਸਰਵਣ ਕੀਤਾ ਹੈ ਉਹ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦੇ ਲਈ ਇਸ ਅਗੰਮੀ ਫਰਮਾਨ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਪੁਰਖ ਨਿਰਵੈਰ ਹੈ ਨਿਤ ਹਿਰਦੈ ਹਰ ਲਿਵੋ ਲਾਏ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਇਹ ਪਾਵਨ ਸ਼ਲੋਕ ਗਲੂਏ ਮੁਬਾਰਕ ਤੋਂ ਪ੍ਰਗਟ ਕਰਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 1415 ਅੰਗ ਉੱਪਰ ਦਰਜ ਹੈ ਮਹਾਰਾਜ ਇੱਥੇ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਦੇ ਪਗੰਮੀ ਜਿਹੜੇ ਗੁਣ ਨੇ ਇਹ ਉਹਨਾਂ ਦਾ ਜ਼ਿਕਰ ਕਰਦੇ ਨੇ ਅਕਾਲ ਪੁਰਖ ਅਤੇ ਸੱਚੇ ਸਤਗੁਰਾਂ ਦਾ ਜਿਹੜਾ ਰਤਬਾ ਹੈ ਉਹ ਬੁਲੰਦ ਹੈ ਮਹਾਰਾਜ ਨਿਰਵੈਰ ਹਸਤੀ ਨੇ ਕਿਸੇ ਨਾਲ ਵੈਰ ਨਹੀਂ ਰੱਖਦੇ ਉਹ ਤਿੰਨਾਂ ਕਾਲਾਂ ਵਿੱਚ ਸਤ ਸਰੂਪ ਸਤਗੁਰੂ ਨੇ ਨਿਰਗੁਣ ਸਰੂਪ ਵੀ ਉਹੀ ਨੇ ਸਰਗੁਣ ਚੋਲਾ ਹੋ ਕੇ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਏ ਗਿਆਨ ਬਖਸ਼ਦੇ ਨੇ ਅਗਿਆਨ ਦਾ ਖੁਰਾ ਖੋਜ ਮਟਾਉਂਦੇ ਨੇ ਪੁਰਸ਼ਾਰਥ ਦੇ ਸਹਿਤ ਨੇ ਤਾਕਤ ਦੇ ਪੁਰਖ ਲਬਜ਼ ਆਪਾਂ ਮਰਦ ਲਈ ਵੀ ਵਰਤਦੇ ਆਂ ਪਰ ਇੱਥੇ ਪੁਰਖ ਦਾ ਭਾਵ ਹੈ ਜੋ ਸਾਡਾ ਜੀਵਾਤਮਾ ਹੈ ਜੋ ਹਰ ਜ਼ਰੇ ਵਿੱਚ ਸੰਪੂਰਨ ਹੈ ਪੂਰਨ ਰੂਪ ਹੈ ਸਾਰਿਆਂ ਦਾ ਪਰਤਾ ਹੈ ਪਤੀ ਹੈ ਕਹਿੰਦੇ ਸੱਚਾ ਸਤਗੁਰੂ ਗੁਰੂ ਨਾਨਕ ਸਾਹਿਬਾ ਸਦਾ ਆਪਣੇ ਨਿਰਗੁਣ ਸਰੂਪ ਪਰਮੇਸ਼ਵਰ ਵਿੱਚ ਲਿਵ ਲਾ ਕੇ ਰੱਖਦੇ ਆਏ ਸਦਾ ਉਹਦੇ ਵਿੱਚ ਜੁੜਿਆ ਰਹਿੰਦਾ ਹੈ ਸੰਸਾਰ ਤੋਂ ਬਿਰਤੀ ਨੂੰ ਉਪਰਾਮ ਕਰਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੋੜਨਾ ਉਸ ਨੂੰ ਲਿਵ ਲਾਉਣਾ ਕਹਿੰਦੇ ਨੇ ਇੱਕ ਰਸ ਪ੍ਰੀਤੀ ਪਾ ਕੇ ਰੱਖਣੀ ਵਾਹੋ ਵਾਹੋ ਸਤਗੁਰ ਨਿਰਵੈਰ ਹੈ ਜੇ ਸੋ ਨਿੰਦਾ ਉਸਤਤ ਤੁਲ ਹੋਏ ਵਾਹੋ ਵਾਹੋ ਸਤਗੁਰ ਸਤਪੁਰਖ ਹੈ ਜਿਸ ਨੂੰ ਸਮਤ ਸਭ ਕੋਏ ਕੋਈ ਨਿੰਦਾ ਕਰੇ ਕੋਈ ਉਸਤਤੀ ਕਰੇ ਮਹਾਰਾਜ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ ਨਿਰਵੈਰ ਨੇ ਔਰ ਉਹਨਾਂ ਦੇ ਲਈ ਸਾਰੇ ਸਾਹਮਣੇ ਉਹਨਾਂ ਨੂੰ ਸਭ ਕੁਝ ਸਮ ਦ੍ਰਿਸ਼ਟੀ ਆਉਂਦਾ ਹੈ ਹਰ ਜ਼ਰੇ ਵਿੱਚ ਪ੍ਰਮਾਤਮਾ ਨੂੰ ਦੇਖਦੇ ਨੇ ਵਾਹੋ ਵਾਹੋ ਸਤਿਗੁਰ ਪੁਰਖ ਹੈ ਜਿਨ ਸਚ ਜਾਤਾ ਸੋਏ ਜਿਤ ਮਿਲੇ ਤਖ ਉਤਰੈ ਤਨ ਮਨ ਸੀਤਲ ਹੋਏ ਗੁਰੂ ਸਾਹਿਬ ਦੇ ਮਨ ਵਿੱਚ ਉਹਨਾਂ ਦੇ ਨਿਰਗੁਣ ਸਰੂਪ ਜੋ ਸਦੀਵੀ ਸਤਿਅ ਨੇ ਅਕਾਲ ਪੁਰਖ ਪ੍ਰਗਟ ਰਹਿੰਦੇ ਨੇ ਪਰ ਕਿੰਦੇ ਉਸ ਪੂਰੇ ਗੁਰੂ ਦੇ ਦਰਸ਼ਨ ਮਨ ਤਨ ਨੂੰ ਸ਼ੀਤਲ ਕਰਦੇ ਨੇ ਸ਼ਹਿਰ ਬਖਸ਼ਦੇ ਨੇ ਠੰਡਕ ਬਖਸ਼ਦੇ ਨੇ ਆਨੰਦ ਬਖਸ਼ਦੇ ਨੇ ਵਾਹੋ ਵਾਹੋ ਸਤਗੁਰ ਸੁਜਾਨ ਹੈ ਜਿਸ ਅੰਤਰ ਬ੍ਰह्म ਵਿਚਾਰ ਵਾਹੋ ਵਾਹੋ ਸਤਗੁਰ ਨਿਰੰਕਾਰ ਹੈ ਜਿਸ ਅੰਤ ਨਾ ਪਾਰਾ ਵਾਰ ਮਹਾਰਾਜ ਸਦਾ ਬ੍ਰਹਮ ਦੀ ਵਿਚਾਰ ਵਿੱਚ ਲੱਗੇ ਰਹਿੰਦੇ ਨੇ ਆਪ ਹੀ ਬ੍ਰਹਮ ਦਾ ਸਰੂਪ ਨੇ ਜਿਨ੍ਹਾਂ ਦੇ ਗੁਣਾ ਦਾ ਕੋਈ ਅੰਤ ਨਹੀਂ ਹੈ ਨਾ ਇਧਰਲਾ ਕੰਡਾ ਤੇ ਨਾ ਪਰਲਾਇ ਕੰਡਾ ਅਸੀਮ ਹਸਤੀ ਨੇ ਸਈ ਗੁਰਦਾਸ ਜੀ ਨੇ ਵੀ ਲਿਖਿਆ ਨਾ ਸਤਗੁਰ ਗੁਣੀ ਨਿਦਾਨ ਹੈ ਗੁਣ ਕਰ ਬਖਸੈ ਅਵਗੁਣਿਆਰੇ ਸਤਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਦ ਨਿਵਾਰੇ ਸੋਖ ਸਾਗਰ ਗੁਰਦੇਉ ਹੈ ਸੁਖ ਦੇ ਮੇਲ ਲਏ ਦੁਖਿਆਰੇ ਗੁਰ ਪੂਰਾ ਨਿਰਵੈਰ ਹੈ ਨਿੰਦਕ ਦੋਖੀ ਬੇਮੁਖtare ਨਿੰਦਾ ਕਰਨ ਵਾਲੇ ਸਾਖਤ ਲੋਕ ਗੁਰੂ ਨਾਲ ਵੈਰ ਕਰਨ ਵਾਲੇ ਦੋਖੀ ਲੋਕ ਵੀ ਗੁਰੂ ਦੀ ਸ਼ਰਨ ਆ ਜਾਣ ਬਖਸ਼ਿੰਦ ਸੁਭਾਅ ਹੈ ਤਾਰ ਦਿੰਦਾ ਹੈ ਸਤਗੁਰ ਆਗੂ ਜਾਣੀ ਹੈ ਉਮ ਵਾਹਾਂ ਪਕੜ ਅੰਧਲੇ ਉਧਾਰੇ ਮਾਣ ਨਿਮਾਣੇ ਸਦਾ ਬਲਿਹਾਰੇ ਉਹ ਹਰ ਇੱਕ ਨੂੰ ਬਾਹ ਪਕੜ ਕੇ ਨਸਾਤ ਬਖਸ਼ਦਾ ਏ ਨਿਮਾਣਿਆਂ ਨੂੰ ਮਾਣ ਬਖਸ਼ਦਾ ਏ ਖਿਮਾ ਦਾ ਸੁਭਾਅ ਹੈ ਗੁਰਾਂ ਦਾ ਦੇਖੋ ਆਪਣੀ ਕੋਈ ਨਿੰਦਾ ਕਰੇ ਤੇ ਮੌਕਾ ਲੱਭਦੇ ਆ ਸਿਰ ਪਾੜਨ ਤੱਕ ਜਾਣੇ ਅਗਲੇ ਦਾ ਕਿਸੇ ਦੇ ਕਾਏ ਹੋਏ ਭਦੇ ਅਲਫਾਜ਼ ਜੀਵਨ ਕਾਲ ਅਸੀਂ ਨਹੀਂ ਭੁੱਲਦੇ ਜਦੋਂ ਕਦੇ ਦਾੜ ਥੱਲੇ ਆਉਂਦਾ ਹੈ ਫਿਰ ਦਬਾ ਦਿੰਨੇ ਹੈ ਗੁਰੂ ਵੈਰ ਨਹੀਂ ਰੱਖਦੇ ਨਿਰਵੈਰ ਸੁਭਾਅ ਹੈ ਪਰਮੇਸ਼ਵਰ ਦਾ ਰੂਪ ਨੇ ਰੱਬ ਵੀ ਕਿਸੇ ਨਾਲ ਵੈਰ ਨਹੀਂ ਕਮਾਉਂਦਾ ਰੋਗ ਸੋਗ ਹਰਤਾ ਨੇ ਸ਼ਰਨ ਆਇਆਂ ਨੂੰ ਤਾਰਨ ਵਾਲੇ ਨੇ ਸਭ ਰੋਗ ਗਵਾਏ ਅਮਰਤ ਰਸ ਪਾਏ ਸਤਗੁਰ ਦਾਤਾ ਮੁਕਤ ਕਰਾਏ ਅਮਰਤਮਈ ਜੀਵਨ ਬਖਸ਼ ਦਿੰਦੇ ਨੇ ਰੋਗ ਸੋਗ ਮਿਟਾ ਦਿੰਦੇ ਨੇ ਜੇ ਤੁਸੀਂ ਇਤਿਹਾਸ ਵੱਲ ਝਾਤ ਮਾਰੋ ਗੁਰੂ ਕੈਸੀ ਨਿਰਵੈਰ ਹਸਤੀ ਹੈ ਤੁਹਾਨੂੰ ਸਮਝ ਪਵੇਗੀ ਇਨਸਾਨੀਅਤ ਦੀ ਖਾਤਰ ਮਜ਼ਲੂਮ ਦੀ ਖਾਤਰ ਭਾਰਤ ਵਰਸ਼ ਦੀ ਖਾਤਰ ਗਰੀਬ ਗੁਰਬੇ ਦੀ ਖਾਤਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤਲਵਾਰ ਉਠਾਉਂਦੇ ਨੇ 1756 ਬਿਕਰਮੀ ਸੰਮਤ 1 ਵੈਸਾਖ ਨੂੰ ਖਾਲਸਾ ਪੰਥ ਸਾਜਦੇ ਨੇ ਮੁਗਲਿਆ ਸਲਤਨਤ ਨਾਲ 22 ਧਾਰ ਦੇ ਰਾਜਿਆਂ ਨਾਲ 14 ਜੰਗਾਂ ਲੜ ਕੇ ਜਿੱਤਦੇ ਨੇ ਆਨੰਦਪੁਰ ਸਾਹਿਬ ਛੱਡਣਾ ਪੈ ਗਿਆ ਲੋਕਾਂ ਨੂੰ ਵਸਦੇ ਰੱਖਣ ਲਈ ਕਾਰ ਉਜੜ ਗਿਆ ਸਰਸਾ ਤੇ ਪਰਿਵਾਰ ਵਿਛੜਿਆ ਬਾਬਾ ਜੀਤ ਸਿੰਘ ਬਾਬਾ ਜੁਝਾਰ ਸਿੰਘ ਚਮਕੌਰ ਦੀ ਗੜੀ 8 ਪੋ 1761 ਬਿਕਰਮੀ ਸੰਮਤ ਨੂੰ ਸ਼ਹੀਦ ਹੋਏ 13 ਪੋ 1761 ਬਿਕਰਮੀ ਸੰਮਤ ਨੂੰ ਮਾਤਾ ਗੁਜਰੀ ਦੋ ਛੋਟੇ ਫਰਜ਼ੰਦ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਸ਼ਹੀਦ ਹੋਏ ਜੋ ਮਗਾਰਦੀ ਜੰਗ ਜਿੱਤ ਕੇ 마שיਵਾੜੇ ਦੇ ਜੰਗਲਾਂ ਵਿੱਚ ਬੈਠਾ ਬਾਪੂ ਕੈਸੀ ਹਸਤੀ ਰੱਖਦਾ ਹੈ ਸਭ ਕੁਝ ਉਜੜ ਗਿਆ ਪਰਮਾਤਮਾ ਦੇ ਪ੍ਰਤੀ ਗਲੂਏ ਚੋਂ ਇੱਕ ਵਾਰ ਵੀ ਕਠੋਰ ਬਚਨ ਨਹੀਂ ਕੱਢੇ ਵੀ ਰੱਬ ਨੇ ਮੇਰਾ ਨੁਕਸਾਨ ਕਰ ਦਿੱਤਾ ਆਪਾਂ ਕਹਿ ਦਿੰਨੇ ਨਾ ਨੁਕਸਾਨ ਹੋਵੇ ਤੇ ਰੱਬ ਵੈਰੀ ਹੋ ਗਿਆ ਬਾਪੂ ਕਹਿ ਰਿਹਾ ਸੀ ਮਿੱਤਰ ਪਿਆਰੇ ਨੂੰ ਹਾਲ ਮੌਰੀਦਾਂ ਦਾ ਕਹਿਣਾ ਹਰੇ ਵੀ ਰੱਬ ਨੂੰ ਮਿੱਤਰ ਦੱਸਿਆ ਹੈ। ਭਗਵਾਨ ਕੀ ਹੈ, અવਤਾਰ ਕੀ ਹੈ? ਪਰਮੇਸ਼ਵਰ ਵਾਲੀ ਹਸਤੀ ਕਿਹੜੀ ਹੁੰਦੀ ਹੈ? ਸੁਖ-ਦੁਖ ਜਿਹੇ ਪਰਸਾ ਨਹੀਂ। ਲੋਭ, ਮੋਹ, ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ। ਭਗਵਾਨ ਜਿਹੜਾ ਸੁਖ-ਦੁਖ ਤੋਂ ਉਪਰਾਮ ਹੈ, ਜਿਹਦੇ ਤੇ ਅਸਰ ਹੀ ਨਹੀਂ ਸੁਖ-ਦੁਖ ਦਾ। ਨਿੰਦਾ ਉਸਤਤੀ ਦਾ। ਮਹਾਰਾਜ ਇਥੋਂ ਉੱਚ ਦੇ ਪੀਰ ਬਣਦੇ ਨੇ ਗਨੀਖਾਂ ਨਬੀ ਖਾਨੇ ਸੇਵਾ ਲੁੱਟੀ ਹੈ ਦਿਨੇ ਕੰਗੜ ਮਹਾਰਾਜ ਪਹੁੰਚੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਜਿੱਤ ਦੀ ਚਿੱਠੀ ਲਿਖੀ ਭਾਈ ਦਇਆ ਸਿੰਘ ਹੱਥ ਦਖਣ ਵੱਲ ਭੇਜ ਦਿੱਤੀ ਜਦੋਂ ਇਹ ਬੋਲ ਔਰੰਗਜ਼ੇਬ ਨੇ ਸੁਣੇ ਉਹਦੇ ਹੋਸ਼ ਉੱਡ ਗਏ ਹੈਰਾਨੀ ਇਸ ਗੱਲ ਦੀ ਸੀ ਵੀ ਮੈਂ ਗੁਰੂ ਗੋਬਿੰਦ ਸਿੰਘ ਨੂੰ ਇਸਲਾਮ ਦਾ ਵੈਰੀ ਸਮਝਦਾ ਰਿਹਾ ਔਰ ਗੈਰ ਮੁਸਲਮ ਹੋ ਕੇ ਗੁਰੂ ਗੋਬਿੰਦ ਸਿੰਘ ਨੇ ਕੁਰਾਨ ਦਾ ਸਤਕਾਰ ਕਰਦੇ ਹੋਏ ਮੇਰੇ ਵੱਲੋਂ ਖਾਦੀ ਕਸਮ ਤੇ ਭਰੋਸਾ ਕੀਤਾ ਤੇ ਮੈਂ ਕਸਮ ਤੋੜ ਕੇ ਪਾਪ ਕਮਾਇਆ ਹੈ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਸੀ ਔਰੰਗਜ਼ੇਬ ਨੂੰ ਹਰਾਣ ਕਸ ਕੇ ਕੌਲੇ ਕੁਰਾਂ ਆਏ ਦਸ਼ ਨਜ਼ੂ ਬਸਤਨੋ ਕੁਸ਼ਤਨੀ ਬਾਇ ਦਸ਼ ਔਰੰਗਜ਼ੇਬ ਹਰ ਆਦਮੀ ਜਿਹੜਾ ਧਾਰਮਿਕ ਗ੍ਰੰਥ ਦੀ ਕੁਰਾਨ ਦੀ ਕਸਮ ਏਠਾਉਂਦਾ ਹੈ ਉਸ ਨੂੰ ਨਾਕਾਇਦ ਕਰਨਾ ਚਾਹੀਦਾ ਨਾ ਮਾਰਨਾ ਚਾਹੀਦਾ ਹੈ ਕਸਮ ਮੁਸਫੇ ਕੂਫੀ ਹੈ ਗਰ ਇ ਖੁਰਮ ਨਾ ਫੌਜ਼ ਅਜ਼ੀਜ਼ੇ ਰ ਸੁਮ ਅਫਕਨਮ ਜੇ ਮੈਂ ਤੇਰੀ ਖਾਦੀ ਕਸਮ ਤੇ ਭਰੋਸਾ ਨਾ ਕਰਦਾ ਤੇ ਮੇਰਾ ਨੁਕਸਾਨ ਨਾ ਹੁੰਦਾ ਮੇਰੀ ਫੌਜ ਨਾ ਸ਼ਹੀਦ ਹੁੰਦੀ ਪਰ ਮੈਂ ਇੱਕ ਰਹਿਬਰ ਹਾਂ ਧਾਰਮਿਕ ਗੁਰੂ ਹਾਂ ਮੈਂ ਹਰ ਧਰਮ ਦੇ ਗ੍ਰੰਥ ਦਾ ਅਦਬ ਤੇ ਸਤਕਾਰ ਕਰਦਾ ਹਾਂ ਔਰੰਗਜ਼ੇਬ ਸ਼ੇਰ ਸੁਣਦਾ ਹੈ ਉਹਨੂੰ ਮਹਿਸੂਸ ਹੋਇਆ ਵੀ ਸ਼ਾਇਦ ਅੱਗੇ ਗੁਰੂ ਗੋਬਿੰਦ ਸਿੰਘ ਕੋਈ ਵੈਰਾਗ ਕਰਨਗੇ ਕੋਈ ਪਛਤਾਵਾ ਕਰਨਗੇ ਹੋਏ ਨੁਕਸਾਨ ਲਈ ਗਿੜਗੜਾਉਣਗੇ ਪਰ ਅੱਗੇ ਜੋ ਲਿਖਿਆ ਉਸਨੇ ਸੁਣਿਆ ਬਿੰਦਰ ਵੈਰ ਸਤਗੁਰੂ ਦੇ ਉੱਤੇ ਕੋਈ ਅਸਰ ਨਹੀਂ ਹੈ ਸਹਿਬ ਜਾਦਿਆਂ ਦੀ ਸ਼ਹਾਦਤ ਦਾ ਉਹ ਕਹਿ ਰਹੇ ਸਨ ਚਿਹ ਮਰਦੀ ਕੇ ਅਖ ਗਰ ਖਾਮੋਸ਼ਾ ਕੂਨੀ ਕੇ ਆਤਿਸ਼ ਦਾ ਮਾਰਾ ਫਰੋਜ਼ਾ ਕੂਨੀ ਔਰੰਗਜ਼ੇਬ ਕੀ ਬਹਾਦਰੀ ਐ ਚਾਰ ਚੰਗਿਆੜੀਆਂ ਬੁਝਾ ਦਤੀਆਂ ਤੂੰ ਸਮਝੇਂ ਵੀ ਭਾਬੜ ਬੁਝ ਗਿਆ ਐ ਗੁਰੂ ਗੋਬਿੰਦ ਸਿੰਘ ਜ਼ਿੰਦਾ ਹੈ ਖਾਲਸਾ ਪੰਥ ਜ਼ਿੰਦਾ ਐ ਇਨਾ ਚੰਗਿਆੜੀਆਂ ਨੂੰ ਤੂੰ ਬੁਜਾਤੇ ਦਿੱਤਾ ਇਹ ਚਾਰ ਚੰਗਿਆੜੀਆਂ ਮੇਰੇ ਸਹਬ ਜਾਦੇ ਐ ਸਭ ਭਾਂਬੜ ਪੈਦਾ ਕਰ ਗਏ ਨੇ ਸਿੱਖਾਂ ਦੇ ਮਨ ਅੰਦਰ ਜਿਸ ਭਾਂਬੜ ਨੇ ਤੇਰਾ ਦਿੱਲੀ ਦਾ ਤਖਤ ਸਾੜ ਕੇ ਸੁਆਹ ਕਰਨਾ ਹੈ ਇਤਿਹਾਸ ਗਵਾ ਹੈ ਖਾਲਸਾ ਭਾਂਬੜ ਬਣ ਕੇ ਮਚਿਆ ਸੀ ਬਾਬਾ ਜੱਸਾ ਸਿੰਘ ਆਲੂ ਵਾਲੀਏ ਦੇ ਰੂਪ ਵਿੱਚ ਬਾਬਾ ਭਗੇਲ ਸਿੰਘ ਦੇ ਰੂਪ ਵਿੱਚ ਬਾਬਾ ਜੱਸਾ ਸਿੰਘ ਰਾਮਗੜੀਏ ਦੇ ਰੂਪ ਵਿੱਚ ਜਦੋਂ ਦਿੱਲੀ ਜਿੱਤੀ ਸੀ ਔਰੰਗਜ਼ੇਬ ਨੂੰ ਮਹਾਰਾਜ ਕਹਿ ਰਹੇ ਨੇ ਸ਼ਹਨਸ਼ਾਹ ਔਰੰਗਜ਼ੇਬ ਆਲਮੀਨ ਕੇਦਾਰਾਏ ਦੌਰਸਤ ਦੂਰਸਤ ਦੀਨ ਤੂੰ ਦੁਨੀਆ ਦਾ ਬਾਦਸ਼ਾਹ ਹੈ ਸਮੇ ਦਾ ਹਾਕਮ ਹੈ ਲਿਬਾਸ ਧਾਰਮਿਕ ਪਾਇਆ ਹੈ ਪਰ ਰੱਬ ਤੋਂ ਕੋਹਾਂ ਦੂਰ ਹੈ ਤੂੰ ਆਏ ਔਰੰਗਜ਼ੇਬ ਮੈਂ ਤੇਰੇ ਧਾਰਮਿਕ ਗ੍ਰੰਥ ਕੁਰਾਨ ਦਾ ਅਦਬ ਕੀਤਾ ਕਿਉਂਕਿ ਮੈਂ ਕਿਸੇ ਧਰਮ ਨਾਲ ਵੈਰ ਨਹੀਂ ਰੱਖਦਾ ਨਿਰਵੈਰ ਹਸਤੀ ਹੈ ਤੂੰ ਸੱਚਾ ਮੁਸਲਮਾਨ ਹੁੰਦਾ ਤੇ ਕਸਮ ਤੇ ਖਰਾ ਉਤਰਦਾ ਤੂੰ ਝਗੜਾ ਟਾਲਣ ਲਈ ਕਸਮ ਉਠਾਈ ਸੀ ਉਲਟਾ ਮੇਰੇ ਪਿੱਠ ਤੇ वार ਕੀਤਾ ਮੇਰਾ ਸਿਧਾਂਤ ਹੈ ਹਿੰਦੂ ਤੁਰਕ ਕੌਰਾਫਜ਼ੀ ਇਮਾਮ ਸਾਫੀ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਬੋ ਕਰਤਾ ਕਰੀਮ ਸੋਈ ਰਾਜਕ ਰਹੀਮ ਓਈ ਦੂਸਰੋ ਨਾ ਭੇਦ ਕੋਈ ਭੂਲ ਬ੍ਰਹਮ ਮਾਨਬੋ ਮੈਂ ਹਿੰਦੂ ਸਿੱਖ ਮੁਸਲਮਾਨ ਈਸ਼ਾਈਆਂ ਵਿੱਚ ਰੱਬ ਨੂੰ ਦੇਖਦਾ ਹਾਂ ਮੈਂ ਹਰ ਧਰਮ ਦਾ ਅਦਬ ਕਰਦਾ ਹਾਂ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਕਰਦਾ ਹਾਂ ਇਸੇ ਕਰਕੇ ਕੁਰਾਨ ਦੀ ਕਸਮ ਕਬੂਲ ਕੀਤੀ ਮੈਂ ਤੂੰ ਸੱਚਾ ਧਰਮੀ ਨਹੀਂ ਹੈ ਦਿਖਾਵਾ ਕਰਨ ਵਾਲਾ ਹੈ ਔਰ ਤੈਨੂੰ ਨਰਕ ਤੋਂ ਲਹਦਾ ਹੋਰ ਕੋਈ ਜਗ੍ਹਾ ਨਸੀਬ ਨਹੀਂ ਹੋਣੀ ਕਹਿੰਦੇ ਜਦੋਂ ਇਹ ਜ਼ਫਰਨਾਮੇ ਦੇ ਬੋਲ ਫਾਰਸੀ ਵਿੱਚ ਔਰੰਗਜ਼ੇਬ ਸੁਣਦਾ ਹੈ ਨਾ ਉਮਰ ਤੇ ਅੱਗੇ 90ਾਂ ਤੋਂ ਉੱਪਰ ਹੈ ਬਿਮਾਰੀ ਦੀ ਹਾਲਤ ਵਿੱਚ ਹੈ ਇੱਕ ਇੱਕ ਗੁਰਾਂ ਦਾ ਬਚਨ ਇਹਨੂੰ ਲਾਹਨਤਾਂ ਪਾਉਣ ਲੱਗਾ ਹੈ ਇਹਦੇ ਕੀਤੇ ਹੋਏ ਪਾਪ ਕਿਧਰੇ ਪਿਓ ਦਾ ਕਤਲ ਕਿਧਰੇ ਭਾਈਆਂ ਦਾ ਕਤਲ ਕਿਦਰੇ ਗੁਰੂ ਤੇਗ ਬਹਾਦਰ ਸਾਹਿਬ ਦਾ ਚਾਦਨੀ ਚੌਕ ਕਤਲ ਕਿਦਰੇ 7 ਤੇ 9 ਸਾਲ ਦੇ ਮਾਸੂਮ ਜੋਰਾਵਰ ਸਿੰਘ ਫਤਿਹ ਸਿੰਘ ਦਾ ਕਤਲ ਕਿਦਰੇ 17 ਵਰਿਆਂ ਦੇ ਅਜੀਤ ਸਿੰਘ 14 ਵਰਿਆਂ ਦੇ ਜੁਝਾਰ ਸਿੰਘ ਦਾ ਕਤਲ ਗੁਰੂ ਦੇ ਪਿਆਰੇ ਸਿੰਘਾਂ ਦੇ ਕਤਲ ਕਿਦਰੇ ਸਰਮਦ ਫਕੀਰ ਵਰਗੇ ਮਹਾਪੁਰਸ਼ ਦਾ ਕਤਲ ਬੜੇ ਬੜੇ ਸੰਗੀਤਕਾਰਾਂ ਦਾ ਕਤਲ ਇਦਿਆਂ ਅੱਖਾਂ ਸਾਵੇਂ ਆਉਣ ਲੱਗਾ ਇਹਦੇ ਪਾਪ ਕੰਬਣ ਲੱਗੇ ਭੈਪੀਤ ਹੋਇਆ ਔਰ ਸਮਕ ਤਪ ਦਾ ਤਖਤ ਤੇ ਪੈ ਜਾਂਦਾ ਹੈ ਬਾਣੀ ਕਹਿੰਦੀ ਹੈ ਪਾਪੀ ਕਉ ਲਾਗਾ ਸੰਤਾਪ ਪਾਪੀ ਨੂੰ ਉਹਦੇ ਪਾਪ ਟਿਕਣ ਨਹੀਂ ਦਿੰਦੇ ਗੁਨਾਹਗਰ ਬੰਦਾ ਤੁਸੀਂ ਵੇਖਿਓ ਨਸ਼ੇ ਵਿੱਚ ਤੁੱਤ ਹੋ ਕੇ ਰਾਤ ਨੂੰ ਲੇਟੇਗਾ ਕਿਉਂਕਿ ਹੋਸ਼ ਵਿੱਚ ਉਹਦੀ ਰਾਤ ਲੰਘ ਨਹੀਂ ਸਕਦੀ ਜਾਦਨੀ ਚੌਕ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਤੋਂ ਬਾਅਦ ਦਿੱਲੀ ਵਿੱਚ ਇੱਕ ਰਾਤ ਨਹੀਂ ਕੱਟ ਸਕਿਆ ਔਰੰਗਜ਼ੇਬ। ਨੀਂਦ ਕਿੱਥੇ ਆਉਂਦੀ ਹੈ ਪਾਪ ਕਮਾ ਕੇ। ਔਰੰਗਜ਼ੇਬ ਨੂੰ ਜ਼ਫਰਨਾਮਾ ਸੁਣ ਕੇ ਆਪਣਾ ਤੁਸ਼ਪੁਣਾ ਯਾਦ ਆਇਆ, ਆਪਣੀ ਔਕਾਤ ਯਾਦ ਆਈ ਵੀ ਮਿੱਟੀ ਦਾ ਪਤਲਾ ਹਾਂ ਮਿਟਾਂਗਾ। ਉਹਨੇ ਨਾ ਸ਼ਹਜਾਦੇ ਮੁਅਜ਼ਮ ਨੂੰ ਆਪਣੇ ਅਖੀਰਲੇ ਲਫ਼ਜ਼ ਜਿਹੜੇ ਨੇ ਨਾ ਫਾਈਨਲ ਵਰਡਸ ਆਫ ਔਰੰਗਜ਼ੇਬ to address his sons likhe kade tusi padhyo di chithi jedi hai oda anuvad english vich milda hai kenda i came alone and i go as a stranger i do not know who i am nor do i know what i have been doing aidan di unne chithi likhi hai ਆਪਣੇ ਫਰਜ਼ੰਦ ਨੂੰ ਕਹਿਣ ਲੱਗਾ ਸੋਲ ਆਫ ਮਾਈ ਸੋਲ ਆਮ ਗੋਇੰਗ ਹੋਮ ਆਈ ਅਗਰੀ ਫॉर ਯੋਰ ਹੈਲਪਲੈਸਨੈਸ ਬਟ ਵਾਟ ਇਜ਼ ਦਾ ਯੂਸ ਕਹਿੰਦਾ ਮੈਂ ਦੁਨੀਆ ਤੇ ਬੜੇ ਪਾਪ ਕੀਤੇ ਨੇ ਮੈਂ ਹੁਣ ਇਥੋਂ ਚੱਲਿਆ ਔਰ ਮੈਂ ਇੱਕ ਗੱਲ ਕਹਿ ਦਵਾਂ ਨੇਕ ਕਰਮ ਮੇਰੇ ਕੋਲੋਂ ਕੋਈ ਨਹੀਂ ਹੋਇਆ ਆਈ ਹੈਵ ਸਿਨਡ ਟੈਰਿਬਲੀ ਐਂਡ ਆਈ ਡੂ ਨੋਟ ਨੋ ਵਾਟ ਪਨਿਸ਼ਮੈਂਟ ਅਵੇਟਸ ਮੀ ਇਹਨਾਂ ਪਾਪਾਂ ਦੀ ਮੈਨੂੰ ਕੀ ਸਜ਼ਾ ਮਿਲੇਗੀ ਮੈਂ ਨਹੀਂ ਜਾਣਦਾ ਜਿਹੜੇ ਵੱਡੇ ਵੱਡੇ ਚੈਨਲਾਂ ਤੇ ਸਪੀਕਰ ਫੜ ਕੇ ਕਹਿੰਦੇ ਆ ਨਾ ਮੁਗਲਾਂ ਨੇ ਭਾਰਤ ਦੀ ਤਰੱਕੀ ਕੀਤੀ ਔਰੰਗਜ਼ੇਬ ਨੇ ਮਹਿਲ ਬਣਾਏ ਇਹ ਤੁਹਾਡਾ ਲਉ ਲਾਇਆ ਹੈ ਗਾਰੇ ਦੀ ਜਗ੍ਹਾ ਤੇ ਹੱਡੀਆਂ ਲਾਈਆਂ ਨੇ ਇੱਟਾਂ ਦੀ ਜਗ੍ਹਾ ਤੇ ਇਹ ਤਰੱਕੀ ਕੀਤੀ ਹੈ ਮੁਗਲਾਂ ਨੇ ਭਾਰਤ ਦੀ ਸਭ ਤੋਂ ਘਟੀਆ ਸਭ ਤੋਂ ਪਾਪ ਨਾਲ ਵੱਧ ਕੇ ਪਰਪੂਰ ਜੇ ਕੋਈ ਰਾਜ ਹੈ ਰੂਹੇ ਜ਼ਮੀਨ ਤੇ ਤੇ ਉਹ ਮੁਗਲਾਂ ਦਾ ਰਾਜ ਰਿਹਾ ਹੈ ਕੱਲਾ ਕੱਲਾ ਹਿਸਟਰੀ ਦਾ ਪੱਤਰਾ ਉਹਨਾਂ 700 ਵਰਿਆਂ ਦਰਮਿਆਨ ਤੁਹਾਡੇ ਲਹੂ ਨਾਲ ਭਰਿਆ ਹੈ ਭਾਰਤ ਦੇ ਲੋਕੋ ਐਡਾ ਘਟੀਆ ਰਾਜ ਸੀ ਐਡਾ ਕਾਤਲਾਨਾ ਜ਼ਾਲਮਾਨਾ ਰਾਜ ਸੀ ਉਹ ਆਪਣੀ ਚਿੱਠੀ 'ਚ ਆਪਣੀ ਕਰਤੂਤ ਲਿਖ ਰਿਹਾ ਹੈ ਤੇ ਇੱਥੇ ਮੈਂ ਵੇਖੇ ਚੈਨਲਾਂ ਤੇ ਉਦੇ ਪੱਖ ਵਿੱਚ ਗੱਲਾਂ ਕਰਦੇ ਜੀ ਬੜਾ ਉਹਨੇ ਵਧੀਆ ਰਾਜ ਕਮਾਇਆ ਹੈ ਜੇ ਵਧੀਆ ਕਮਾਇਆ ਸੀ ਤੇ ਤੜਫਦਾ ਨਾ ਵੈਣ ਨਾ ਪਾਉਂਦਾ ਵੀ ਮੇਰੇ ਕੋਲੋਂ ਨੇਕ ਕਰਮ ਅੱਜ ਤੱਕ ਹੋਇਆ ਹੀ ਨਹੀਂ ਹੈ ਕਿੱਥੇ ਹਿਸਟਰੀ ਨੂੰ ਲੁਕਾ ਲਓਗੇ ਕਿੱਥੇ ਪਾੜ ਕੇ ਸੁੱਟਦੇ ਹੋਗੇ ਉਹਦੀਆਂ ਚਿੱਠੀਆਂ ਅੱਜ ਵੀ ਉਹਦੀ ਕਬਰ ਤੇ ਲਾਂਤਾਂ ਪੈਂਦੀਆਂ ਨੇ ਦੀਵੇ ਜਗਾਉਣ ਵਾਲਾ ਕੋਈ ਨਹੀਂ ਬਾਬਾ ਜੀਤ ਸਿੰਘ ਜੁਝਾਰ ਸਿੰਘ ਫਤਿਹ ਸਿੰਘ ਜੋਰਾਵਰ ਸਿੰਘ ਦੇ ਦਰ ਤੇ ਸਰਹੰਦ ਫਤਿਹਗੜ੍ਹ ਸਹਿਬ ਜਮਕੌਰ ਦੀ ਗੜੀ ਲੱਖਾਂ ਲੋਕ ਸਜਦਾ ਕਰਦੇ ਨੇ ਸ਼ਹੀਦਾਂ ਦੇ ਦਰ ਤੇ ਜਾ ਕੇ ਕਦਮ ਬੋਸੀ ਕਰਦੇ ਨੇ ਜੀਵਨ ਸਫਲਾ ਹੋਵੇ ਘਰ ਨੇ ਬੜਾ ਕੁਝ ਲਿਖਿਆ ਹੈ ਕਹਿੰਦਾ ਮੈਨੂੰ ਇਹ ਤੇ ਪਤਾ ਹੈ ਦੋਸ਼ਕ ਵਿੱਚ ਜਲਾਇਆ ਜਾਵਾਂਗਾ ਅੱਗ ਵਿੱਚ ਸੜਾਂਗਾ ਪਰ ਮੈਂ ਜਿਉਂਦਿਆਂ ਜੀ ਹੀ ਅੱਗ ਵਿੱਚ ਸੜ ਰਿਹਾ ਹਾਂ ਮੈਨੂੰ ਨਜ਼ਾਤ ਲਈ ਭਾਰੀ ਚਿੰਤਾ ਹੈ ਮੁਸ਼ਕਲ ਹੈ ਮੈਨੂੰ ਮੁਕਤੀ ਮਿਲ ਜਾਵੇ ਬੜਾ ਪਛਤਾਪ ਕੀਤਾ ਹੁਕਮ ਕਰਕੇ ਆਪਣੇ ਕਰਿੰਦਿਆਂ ਨੂੰ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਦੇ ਨਾਲ ਹੁਣ ਕੋਈ ਵੈਰ ਨਹੀਂ ਕਮਾਵੇਗਾ ਚਿੱਠੀਆਂ ਕੱਢੋ ਗੁਰੂ ਗੋਬਿੰਦ ਸਿੰਘ ਖੁਦਾ ਪਰਸਤ ਫਕੀਰ ਹੈ ਉਹਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਮਹਾਰਾਜ ਖੇਦਰਾਣੇ ਦੀ ਢਾਬ ਦਾ ਜੰਗ ਜਿੱਤਦੇ ਨੇ ਦੂਜੀ ਤਰਫ ਦਮਦਮਾ ਸਾਹਿਬ ਟੇਕੇ ਸ੍ਰੀ ਆਦ ਗ੍ਰੰਥ ਸਾਹਿਬ ਦੀ ਬਾਣੀ 18 ਦਾ 20 1 ਓ ਅੰਕਾਰ ਤੋਂ ਰਾਗ ਮਾਲਾ ਤੱਕ ਗਲੂਏ ਮੁਬਾਰਕ ਤੋਂ ਪ੍ਰਗਟ ਕਰਦੇ ਨੇ ਔਰ ਔਰੰਗਜ਼ੇਬ ਵੱਲੋਂ ਮਹਾਰਾਜ ਨੂੰ ਚਿੱਠੀ ਮਿਲੀ ਸੀ ਵੀ ਮੈਂ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਆਓ ਮਜਲਿਸ ਲਈ ਸਦਾ ਹੈ ਗਿਲੇ ਸ਼ਿਕਵੇ ਦੂਰ ਹੋਣੇ ਚਾਹੀਦੇ ਨੇ ਜ਼ਫਰਨਾਮੇ ਵਿੱਚ ਮਹਾਰਾਜ ਨੇ ਲਿਖਿਆ ਕਹਿੰਦੇ ਤੂੰ ਮੈਨੂੰ ਸੁਣੇ ਭੇਜੇ ਨੇ ਪਰ ਜਦੋਂ ਪ੍ਰਮਾਤਮਾ ਦਾ ਹੁਕਮ ਆਵੇਗਾ ਉਦੋਂ ਮਿਲਾਂਗਾ ਤੇਰੇ ਨਾਲ ਹਜੇ ਹੁਕਮ ਨਹੀਂ ਹੈ ਸੰਗਤਾਂ ਨੂੰ ਤਾਰਨਾ ਹੈ ਨਾ ਵਿਸ਼ਤ ਹੈ ਰਸੀਦੋ ਬਾ ਗੁਫਤਨ ਜ਼ਬਾਂ ਬਾਬਾ ਆਇਦ ਕੇ ਇਨਕਾਰ ਰਾਹਤ ਰਸਾਂ ਕਹਿੰਦੇ ਔਰੰਗਜ਼ੇਬ ਤੇਰੇ ਮੂੰਹ ਜਬਾਨੀ ਸੁਨੇ ਤੇ ਲਿਖਤੀ ਪੱਤਰ ਮਿਲੇ ਨੇ ਠੀਕ ਹੈ ਤੂੰ ਮਸਲਤ ਚਾਹਣਾ ਹੈ ਤੂੰ ਬਚਨ ਬਲਾਸ ਕਰਨੇ ਚਾਹਣਾ ਹੈ ਪ੍ਰਮਾਤਮਾ ਦਾ ਹੁਕਮ ਆਵੇਗਾ ਮਿਲੇਗਾ ਬਿਨੇ ਕੀਤੇ ਹੋਏ ਬਚਨਾਂ ਨੂੰ ਤੂੰ ਪੂਰਾ ਕਰ ਲਈ ਨਾਮਧਮਾ ਸਾਹਿਬ ਤੋਂ ਮਾਤਾ ਸੁੰਦਰ ਕੌਰ ਨੂੰ ਭਾਈ ਮਨੀ ਸਿੰਘ ਆਦਿਕ ਸ਼ਿੰਘਾ ਦੇ ਨਾਲ ਇਧਰ ਤੁਹਾਡੇ ਦਿੱਲੀ ਵੱਲ ਤੋਰ ਦਿੱਤਾ ਮਾਤਾ ਸ਼ੈਭਕੌਰ ਮਾਤਾ ਭਾਗੋ ਹੋਰ ਸਿੱਖ ਸੇਵਕਾਂ ਨਾਲ ਲੈ ਕੇ ਪਾਤਸ਼ਾਹ ਚੱਲ ਪੈਂਦੇ ਨੇ ਸੰਗਤਾਂ ਨੂੰ ਤਾਰਦੇ ਹੋਏ ਸਿਰਸਾ ਬਹਿਵਾ ਨੌਹਰ ਮਦੂ ਸ਼ਿੰਘਾਣਾ ਪੁਸ਼ਕਰ ਨਰਾਇਣਾ ਲਲੀਗ੍ਰਾਮ ਮੁੰਘੇਰ ਕੁਲਾਇਤ ਨਗਰ ਆਦਕ ਹੁੰਦੇ ਹੋਏ ਇਰਾਵਲੀ ਪਰਬਤ ਨੂੰ ਪਾਰ ਕਰਕੇ ਬਘੌਰ ਰਾਜਸਥਾਨ ਪਹੁੰਚੇ ਨੇ ਇਥੇ ਦੀਨ ਦੁਨੀਆ ਦੇ ਮਾਲਕ ਨੂੰ ਬਘੌਰ ਖਬਰ ਮਿਲ ਜਾਂਦੀ ਹੈ ਵੀ ਔਰੰਗਜ਼ੇਬ ਅਹਿਮਦਨਗਰ ਤੋਂ ਔਰੰਗਾਬਾਦ ਆ ਰਿਹਾ ਸੀ ਕਿਲਾ ਭੀਗਾ ਨੇੜੇ ਅਮਾਮਪੁਰੇ ਉਹਦੀ ਮੌਤ ਹੋ ਗਈ ਹੈ ਉਹਦੀ ਖੁਆਇਸ਼ ਸੀ ਪੀਰ ਖਵਾਜਾ ਸਾਹਿਬ ਜਿਹੜੇ ਉਹ ਅਜਮੇਰ ਵਾਲੇ ਨੇ ਨਾ ਉਹਨਾਂ ਦੇ ਨਜ਼ਦੀਕ ਮੈਨੂੰ ਉਸ ਨੂੰ ਮਿੰਦੋਸ਼ ਕੀਤਾ ਜਾਵੇ ਦਫਨ ਕੀਤਾ ਜਾਵੇ ਉਥੇ ਉਹਦੀ ਕਬਰ ਬਣੀ ਔਰੰਗਜ਼ੇਬ ਅਖੀਰਲੇ ਦਮ ਤਾਈਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਲੋਚਦਾ ਰਿਹਾ ਤੜਫਦਾ ਰਿਹਾ ਬਾਣੀ ਕਹਿੰਦੀ ਹੈ ਜਿਨ ਦਰਸ਼ਨ ਸਤਗੁਰ ਸਤ ਪੁਰਖ ਨਾ ਪਾਇਆ ਤੇ ਭਾਗਹੀਣ ਜਮ ਮਾਰੇ ਜਿਹੜੇ ਗੁਰੂ ਦੇ ਦਿਦਾਰੇ ਨਹੀਂ ਕਰ ਪਾਉਂਦੇ ਨੇਕ ਕਰਮ ਨਹੀਂ ਕਰ ਪਾਉਂਦੇ ਨੇਕ ਨਾਮੀ ਨਹੀਂ ਬਣਦੇ ਉਹਨਾਂ ਨੂੰ ਮਾਰ ਹੀ ਪੈਂਦੀ ਹੈ ਉਹ ਜਿਹੜਾ ਮੌਤਾ ਦੇਵਤਾ ਨਾ ਮੈਸੈਂਜਰ ਆਫ ਡੈਥ ਉਹ ਡਾਕ ਬੜੀ ਫੇਰਦਾ ਉਹਨਾਂ ਨੂੰ ਦੂਸਰੀ ਤਰਫ ਜਿਹੜੇ ਦਰਸ਼ਨ ਪਾਉਣ ਵਡਭਾਗੀ ਗੁਰਦਰਸ਼ਨ ਪਾਇਆ ਗੁਰ ਮਿਲਿਆ ਹਰ ਪ੍ਰਭ ਜਾਤਾ ਦੁਰਮਤ ਮੈਲ ਗਈ ਸਭ ਨੀਕਰ ਹਰ ਅੰਮ੍ਰਿਤ ਹਰ ਸਰਨਾਤਾ ਜਿਹੜੇ ਗੁਰੂ ਦੇ ਦਿਦਾਰੇ ਪਾਲ ਲੈਂਦੇ ਨੇ ਪਰਮੇਸ਼ਵਰ ਦੀ ਪ੍ਰਾਪਤੀ ਕਰ ਲੈਂਦੇ ਨੇ ਉਹਨਾਂ ਦੀ ਮੈਲ ਲੱਥ ਜਾਂਦੀ ਹੈ ਵਿਕਾਰਾਂ ਦੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਉਹ ਮੁਕਤ ਹੁੰਦੇ ਨੇ ਵੇਖੋ ਜ਼ਮਾਨੇ ਦਾ ਸਭ ਤੋਂ ਵੱਡਾ ਤਕਬਰੀ ਹੰਕਾਰੀ ਪੁਰਸ਼ ਜਿਹੜਾ ਤੀਰਾਂ ਤਲਵਾਰਾਂ ਨਾਲ ਨਾ ਕਟਿਆ ਗਿਆ ਗੁਰੂ ਗੋਬਿੰਦ ਸਿੰਘ ਦੇ ਜ਼ਫਰ ਨਾਮੇ ਦੇ ਬੋਲਾਂ ਨੇ ਤੁਰ ਤੱਕ ਵਿੰਨ ਸੁਟਿਆ ਜ਼ਮੀਰ ਚੀਰ ਸੁਟਿਆ ਤੜਫਦਾ ਹੋਇਆ ਦੁਨੀਆ ਤੋਂ ਗਿਆ ਪਾਪੀ ਮੂਆ ਗੁਰ ਪ੍ਰਤਾਪ ਪਾਪ ਕਮਾਉਣ ਵਾਲੇ ਦਾ ਖੁਰਾ ਖੋਜ ਮਿਟ ਗਿਆ ਮਹਾਰਾਜ ਦੀ ਸ਼ਰਨ ਹੁਣ ਆਇਆ ਬਹਾਦਰ ਸ਼ਾ ਹੁਣ ਧਿਆਨ ਦਿਓ ਨਿਰਵੈਰ ਕੀ ਹੁੰਦਾ ਹੈ ਇੱਕ ਐਸੀ ਹਸਤੀ ਹੈ ਬਹਾਦਰ ਸ਼ਾ ਦੇ ਪਾਸੋਂ ਤਾਰਾ ਆਜ਼ਮ ਨੇ ਜਿਹਨੂੰ ਆਜ਼ਮ ਸ਼ਾ ਕਹਿੰਦੇ ਹੋ ਤਖਤ ਖੋਲਿਆ ਔਰੰਗਜ਼ੇਬ ਦੇ ਜਾਣ ਤੋਂ ਬਾਅਦਾਂ ਤਖਤ ਦਾ ਮਾਲਕ ਸ਼ਾਹ ਜਹਾਂਦਾ ਮਉਜ਼ਮ ਬਣਨਾ ਸੀ ਵੱਡਾ ਸੀ ਤਖਤ ਤੇ ਬਹਿ ਗਿਆ ਏ ਤਾਰਾ ਆਜ਼ਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸ਼ਰਨ ਆ ਕੇ ਬਹਾਦਰ ਸ਼ਾ ਕਹਿੰਦਾ ਮਹਾਰਾਜ ਇਹ ਠੀਕ ਹੈ ਮੇਰੇ ਪਿਤਾ ਨੇ ਬੜੇ ਜ਼ੁਲਮ ਟਾਏ ਨੇ ਤੁਹਾਡੇ ਸ਼ਹਿਬਜ਼ਾਦੇ ਮੁਗਲੀਆਂ ਹਕੂਮਤ ਨੇ ਸ਼ਹੀਦ ਕੀਤੇ ਔਰੰਗਜ਼ੇਬ ਕੋਈ ਨਿਆਂ ਨਾ ਕਰ ਸਕਿਆ ਦਿੱਲੀ ਦਾ ਦਰਬਾਰ ਤੇ ਨਿਆ ਨਹੀਂ ਕਰ ਸਕਿਆ ਗੁਰੂ ਨਾਨਕ ਦਾ ਦਰਬਾਰ ਨਿਆ ਕਰਦਾ ਹੈ ਮੈਂ ਤੁਹਾਡੇ দর ਤੇ ਆਇਆ ਹੱਕ ਮੇਰਾ ਹੈ ਵੱਡਾ ਮੈਂ ਹਾਂ ਤਾਰਾ आजम ਨੇ ਮੇਰੇ ਕੋਲੋਂ ਤਖਤ ਖੋਹ ਲਿਆ ਹੈ ਤੇ ਮੇਰੇ ਨਾਲ ਜੰਗ ਲੜੇਗਾ ਉਹਦੇ ਕੋਲ ਲੱਖਾਂ ਫੌਜਾਂ ਨੇ ਮੇਰੇ ਕੋਲ ਮੁਕਾਬਲਾ ਕਰਨ ਲਈ ਓਨੀ ਫੌਜ ਨਹੀਂ ਹੈ ਤੇ ਤੁਸੀਂ ਮੈਨੂੰ ਤਖਤ ਦਿਵਾਓ ਜੋ ਜ਼ੁਲਮੋ ਸੇ ਤਮ ਮੁਗਲੀਆਂ ਸਲਤਨਤ ਨੇ ਭਾਰਤ ਵਰਸ਼ ਤੇ ਕੀਤਾ ਐ ਇਕੱਲੇ ਇਕੱਲੇ ਦੋਖੀ ਨੂੰ ਤੁਹਾਡੇ ਹਵਾਲੇ ਕਰਾਂਗੇ ਉਹਨੂੰ ਸਜ਼ਾ ਦਿੱਤੀ ਜਾਵੇਗੀ ਇਹ ਵਾਧੂ ਬਾਤਾਂ ਨਹੀਂ ਗੁਰੂ ਦੇ ਹਸੂਰੀ ਕਵੀ ਸੈਨਾਪਤ ਸ੍ਰੀ ਗੁਰੂ ਸੋਭਾ ਵਿੱਚ ਲਿਖਦੇ ਨੇ 52 ਕਵੀਆਂ ਚੋਂ ਇੱਕ ਕਵੀ ਕਰ ਜੋਰੇ ਐਸੇ ਕਹਿਓ ਨਿਮਖ ਬਿਲਮ ਨਹੀਂ ਲਾਏ ਇਹ ਸੁਲਤਾਨੀ ਜੰਗ ਮੈਂ ਤੁਮ ਪ੍ਰਭ ਹੋ ਹੋ ਸਹਾਇ ਐ ਗੁਰੂ ਗੋਬਿੰਦ ਸਿੰਘ ਇਸ ਜੰਗ ਵਿੱਚ ਮੇਰੀ ਸਹਾਇਤਾ ਕਰੋ ਹੁਣ ਜੇ ਤੇ ਹੁੰਦਾ ਕੋਈ ਆਮ ਇਨਸਾਨ ਤੇ ਦਰਤੇ ਆਏ ਸ਼ਾਹਜਾਦਾ ਮੁਅੱਜ਼ਮ ਨੂੰ ਧੱਕੇ ਮਾਰ ਕੇ ਕੱਢ ਦਿੰਦਾ ਵੀ ਤੇਰੇ ਬਾਪ ਨੇ ਮੇਰੇ ਚਾਰ ਸਹਿਬਜ਼ਾਦੇ ਸ਼ਹੀਦ ਕਰਵਾਏ ਨੇ ਤੈਨੂੰ ਤਖਤ ਦਿਵਾਵਾਂ ਮੈਂ ਇਹਨੂੰ ਬਾਣੀ ਨੇ ਕੀ ਕਿਹਾ ਜੋ ਸਰਣੇ ਆਵੇ ਤਿਸ ਕੰਠ ਲਾਵੇ ਇਹੀ ਤੇ ਫਰਕ ਹੈ ਸਾਡਾ ਤੇ ਰੱਬ ਦਾ ਪ੍ਰਭੂ ਪਰਮ ਈਸ਼ਵਰ ਗੁਰੂ ਬਖਸ਼ਿੰਦ ਹੁੰਦੇ ਨੇ ਨਿਰਵੈਰ ਹੁੰਦੇ ਨੇ ਬੰਦਾ ਵੈਰ ਕਮਾਉਂਦਾ ਹੈ ਬੰਦੇ ਦੀ ਜਾਤ ਨਾਲੋਂ ਉਹਨਾਂ ਦਾ ਰਤਬਾ ਬੜਾ ਉੱਚਾ ਹੈ ਗੁਰ ਪਰਮੇਸ਼ਰ ਏਕੋ ਜਾਣ ਗੁਰੂ ਇਸ ਦਾ ਟ੍ਰਾਂਸੈਂਡੈਂਟ ਲਾਰਡ ਪ੍ਰਾਈਵੇਟਿੰਗ ਲਾਰਡ ਹਰ ਜ਼ਰੇ 'ਚ ਸਮਾਇਆ ਜੋਤ ਸਰੂਪ ਅਕਾਲ ਪੁਰਖ ਹੀ ਗੁਰੂ ਗੋਬਿੰਦ ਸਿੰਘ ਬਣ ਕੇ ਦੁਨੀਆ ਤੇ ਆਇਆ ਮਹਾਰਾਜ ਕਹਿੰਦੇ ਠੀਕ ਹੈ ਬਹਾਦਰ ਸ਼ਾ ਤਖਤ ਮਿਲੇਗਾ ਪਰ ਵਾਅਦਾ ਦੇਣਾ ਭੁੱਲੀ ਬਾਬਾ ਧਰਮ ਸਿੰਘ ਦੀ ਕਮਾਂਡ ਦੇ ਵਿੱਚ ਖਾਲਸਾ ਫੌਜ ਪਾਤਸ਼ਾਹ ਨੇ ਭੇਜੀ ਹੈ 8 ਜੂਨ 1707 ਈਸਵੀ ਆਗਰੇ ਦੇ ਪਾਸ ਚੰਬਲ ਨਦੀ ਦੇ ਕਿਨਾਰੇ ਜਾਜੂ ਦੇ ਮੁਕਾਮ ਤੇ ਤਾਰਾ आजम ਤੇ ਬਹਾਦਰ ਸ਼ਾ ਪੜ ਜਾਂਦੇ ਨੇ ਖੀ ਹੋਈ ਜੰਗ ਦੇ ਵਿੱਚ ਜਦੋਂ ਬਹਾਦਰ ਸ਼ਾਹ ਤੱਕਦਾ ਹੈ ਵੀ ਜੰਗ ਹਾਰਾਂਗਾ ਅੰਤਰ ਧਿਆਨ ਹੋਇਆ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਦਾ ਹੈ ਬਾਪੂ ਕਦੋਂ ਬੋੜੇਗਾ ਜਦੋਂ ਖੁਰਾ ਖੋਜ ਮਿਟ ਗਿਆ ਕਹਿੰਦੇ ਗੁਰੂ ਗੋਬਿੰਦ ਸਿੰਘ ਪ੍ਰਗਟ ਹੁੰਦੇ ਨੇ ਸੋਨਮੁਖੀ ਤੀਰ ਭੱਥੇ ਚੋਂ ਕੱਢ ਕੇ ਤਾਰਾ ਆਜ਼ਮ ਦੇ ਵੱਲ ਛੱਡਦੇ ਨੇ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਬ੍ਰਿਜ ਭਾਸ਼ਾ ਦੇ ਬੋਲ ਨੇ ਗੁਰ ਕਰ ਕੈ ਸਰ ਦਵੇ ਛਟ ਚਾਲੇ ਭਰੇ ਬੇਗ ਕੇ ਸ਼ੂਕ ਵਿਸਾਲੇ ਭੀਖਨ ਤੀਖਨ नाग ਕਰਾਲਾ ਤਾਰਾ ਆਜ਼ਮ ਕੇ ਲਗ ਭਾਲਾ ਗਜ ਤੇ ਤਤ ਸ਼ਿਨ ਹੀ ਸ਼ਿਤ ਪਰਿਓ ਰੇ ਭਨਾ ਪਰਾਜੈ ਬਾਸ਼ਤ ਮਰਿਓ ਸੋਨ ਮੁਖੀ ਤੀਰ ਸੋਨਾ ਜੜਤ ਤੀਰ ਕਲਗੀ ਧਰਨੇ ਕੱਢ ਕੇ ਭੱਥੇ ਚੋਂ ਛੱਡਿਆ ਸੱਪ ਵਾਂਗੂ ਸ਼ੂਕਦਾ ਤਾਰਾ ਆਜ਼ਮ ਵੱਲ ਵਧਿਆ ਹੈ ਜਦੋਂ ਜਾ ਕੇ ਮੱਥੇ ਵਿੱਚ ਲੱਗਾ ਹਾਥੀ ਤੋਂ ਤਾਰਾ ਆਜ਼ਮ ਏਦਾਂ ਡਿੱਗਿਆ ਹੈ ਜਿਵੇਂ ਕਿਸੇ ਮਹਿਲ ਦਾ ਮਨਾਰਾ ਡਿੱਗਦਾ ਹੈ ਗੁਮਜ ਡਿੱਗਦਾ ਹੈ ਕਟੇ ਹੋਏ ਰੁਖ ਵਾਂਗੂ ਧਰਤੀ ਤੇ ਡਿੱਗਾ ਬਾਪੂ ਫਿਰ ਅਲੋਪ ਹੋ ਗਏ ਜੋ ਚਾਹੇ ਕਰ ਸਕਦਾ ਗੁਰੂ ਗੋਬਿੰਦ ਸਿੰਘ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਨਥਿੰਗ ਇਸ ਬਿਉਂਡ ਗੁਰੂ ਗੋਬਿੰਦ ਸਿੰਘ ਜੋ ਚਾਹੁੰਦਾ ਹੈ ਕਰ ਸਕਦਾ ਹੈ ਜਦੋਂ ਤਾਰਾ आजम ਡਿੱਗਿਆ ਤੇ ਫੌਜ ਨੇ ਤੇ ਦੌੜ ਹੀ ਜਾਣਾ ਜਰਨੈਲ ਡਿੱਗ ਪਿਆ ਜਦੋਂ ਤੀਰ ਵੇਖੇ ਸੋਨਾ ਜੜਤ ਫੀਰ ਕੱਢ ਕੇ ਬਹਾਦਰ ਸ਼ਾਹ ਨੇ ਮਸਤਕ ਨਾ ਲਾਇਆ ਧਨ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰ ਸਰਣਾਈ ਭਜ ਪਏ ਬਖਸ਼ੇ ਬਖਸ਼ਣ ਹਾਰ ਕਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ ਯਾਦ ਰੱਖਿਓ ਤੇਰੀ ਹਰ ਆਸਾ ਪੂਰੀ ਹੋਵੇਗੀ ਗੁਰੂ ਦੀ ਸ਼ਰਣ ਬਕਾਇਦਾ ਇੱਕ ਸ਼ਰਤ ਹੈ ਹੱਥ ਜੋੜਨੇ ਪੈਂਦੇ ਨੇ ਝੁਕਣਾ ਪੈਂਦਾ ਹੈ ਫੇਰੀ ਬਖਸ਼ੇਗਾ ਨਾ ਉਹ ਜੰਗ ਜਿੱਤਣ ਦੀ ਖੁਸ਼ੀ ਵਿੱਚ ਬਹਾਦਰ ਸ਼ਾਹ ਨੇ ਸ਼ਾਹਜਾਦਾ ਮੁਅੱਜ਼ਮ ਨੇ ਆਗਰੇ ਦੇ ਕਿਲੇ 1707 ਈਸਵੀ ਜੁਲਾਈ ਦੇ ਮਹੀਨੇ ਸ਼ਾਹੀ ਦਰਬਾਰ ਕੀਤਾ ਨਿਰਵੈਰ ਸਤਗੁਰੂ ਗੁਰੂ ਗੋਬਿੰਦ ਸਿੰਘ ਦਾ ਸ਼ੁਕਰਾਨਾ ਕਰਨ ਲਈ ਸੱਦਾ ਭੇਜਿਆ ਮਹਾਰਾਜ ਦਰਬਾਰ ਵਿੱਚ ਗਏ ਬੜਾ ਅਦਵ ਸਤਕਾਰ ਕੀਤਾ ਗੁਰਾਂ ਨੇ ਫਿਰ ਵਜ਼ੀਰ ਖਾਂ ਵਰਗੇ ਕਰਿੰਦਿਆਂ ਵੱਲੋਂ ਕੀਤੀਆਂ ਵਧੀਆਂ ਕਿਆਂ ਕੀਤੇ ਜ਼ੁਲਮਜਾਦ ਦਵਾਏ ਔਰ ਬਣਦੀ ਸਜ਼ਾ ਪਾਪੀ ਹੁਕਮਰਾਨਾਂ ਨੂੰ ਮਿਲਣੀ ਚਾਹੀਦੀ ਹੈ ਇਹ ਵਾਦਾ ਲਿਆ ਕਵੀ ਸੈਨਾਪਤ ਲਿਖਦੇ ਨੇ ਸ੍ਰੀ ਗੁਰੂ ਸੋਭਾ ਵਿੱਚ ਉਸ ਮਜਲਸ ਦੇ ਵਿੱਚ ਧੰਨ ਧੰਨ ਪ੍ਰਭ ਅਲਖ ਅਪਾਰਾ ਨਿਹਚਲ ਕੀਨੋ ਰਾਜ ਹਮਾਰਾ ਦਇਆ ਧਾਰ ਹਮਰੇ ਘਰ ਆਏ ਤਖਤ ਬਖਤ ਤੁਮ ਤੇ ਪ੍ਰਭ ਪਾਏ ਐ ਮਹਾਰਾਜ ਤੁਸੀਂ ਰਾਜ ਬਖਸ਼ਿਆ ਐ ਮੈਨੂੰ ਤਖਤ ਤੇਰੇ ਕੋਲੋਂ ਮਿਲਿਆ ਐ ਜੋ ਹੁਕਮ ਮੈਂ ਕਬੂਲ ਦਾ ਹਾਂ ਮੈਂ ਬੜੇ ਉਪਹਾਰ ਗੁਰਾ ਨੂੰ ਪੇਟ ਕੀਤੇ ਸਰਾਏ ਪਰਦਾ ਤੁਖ ਤੁਖੀ ਖੇਮਾ ਨਗਾਰਾ ਆਦ ਮਹਾਰਾਜ ਨੂੰ ਦਿੱਤੇ ਤੇ ਬੇਨਤੀ ਕੀਤੀ ਮਹਾਰਾਜ ਕਾਮਬਖਸ਼ ਮੇਰਾ ਛੋਟਾ ਭਾਈ ਬਗਾਵਤ ਕਰ ਰਿਹਾ ਮੈਂ ਬਗਾਵਤ ਦਬਾਉਣ ਦੱਖਣ ਵੱਲ ਜਾ ਰਿਹਾ ਤੁਸੀਂ ਮੇਰੇ ਨਾਲ ਚੱਲੋ ਸੰਗਤਾਂ ਨੂੰ ਨਾਲੇ ਦਰਸ਼ਨ ਦਿੰਦੇ ਜਾਇਓ ਮਹਾਰਾਜ ਮਸਲੂਮਾ ਦੇ ਖਾਲਸੇ ਦੇ ਦੁਸ਼ਮਣਾਂ ਨੂੰ ਸੋਧਣ ਲਈ ਨਾਲ ਚੱਲ ਪਏ ਵੀ ਗੱਲਬਾਤ ਚੱਲਦੀ ਰਵੇ ਪੰਥ ਦੇ ਦੋਖੀ ਸਾਡੇ ਹਵਾਲੇ ਕੀਤੇ ਜਾਣ ਵजीरਖਾਂ ਵਰਗੇ ਸੋਚੇਨੰਦ ਵਰਗੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਚੱਲ ਪਏ ਆਗਰੇ ਉ ਚੱਲੇ ਉਜੈਨ ਬੁਰਹਾਨਪੁਰ ਬਾਲਾਪੁਰ ਅਕੋਲਾ ਬਡਨੇਰਾ ਅਮਰਾਵਤੀ ਲੰਘਦੇ ਹੋਏ ਹਿੰਗੋਲੀ ਬਸਮਤ ਲੰਘ ਕੇ ਨਾ ਗੋਦਾਵਰੀ ਨਦੀ ਦੇ ਕੰਢੇ ਪਹੁੰਚੇ ਮਹਾਰਾਜ ਡੇਰਾ ਵੱਖ ਰੱਖਦੇ ਸਨ ਸੰਗਤਾਂ ਨੂੰ ਤਾਰਦੇ ਸਨ ਇਹ ਬੜਾ ਰਮਣੀਕ ਇਲਾਕਾ ਲੱਗਾ ਮਹਾਰਾਜ ਨੂੰ ਬਹਾਦਰ ਸ਼ਾਹ ਕੋਈ ਗੱਲ ਕਾਤਲ ਹੁਕਮਰਾਨਾਂ ਬਾਰੇ ਨਹੀਂ ਸੀ ਕਰ ਰਿਹਾ ਹੈ ਮਹਾਰਾਜ ਨੇ ਜਾਣਿਆ ਬਿਨ ਬੋਲਿਆ ਸਭ ਕਿਛ ਜਾੜਦਾ ਵੀ ਇਹ ਬੇਈਮਾਨ ਹੋ ਗਿਆ ਹੈ ਹੁਣ ਆਪ ਸਜ਼ਾ ਦੇਣੀ ਪਵੇਗੀ ਵਜ਼ੀਰ ਖਾਂ ਵਰਗੇ ਇਨਸਾਨੀਅਤ ਦੇ ਦੁਸ਼ਮਣਾਂ ਨੂੰ ਬਹਾਦਰ ਸ਼ਾਹ ਨਾਲੋਂ ਇੱਥੇ ਵੱਖ ਹੋਏ ਦੱਖਣ ਵਿੱਚ ਮਹਾਰਾਜ ਬਹਾਦਰ ਸ਼ਾਹ ਗੋਲਕੁੰਡੇ ਵੱਲ ਨੂੰ ਕਾਮਬਖਸ਼ ਦੇ ਵਿਦਰੋਹ ਨੂੰ ਦਬਾਉਣ ਚੱਲਿਆ ਗਿਆ ਮਹਾਰਾਜ ਇੱਥੇ ਨੰਦੇੜ ਟਿਕ ਗਏ ਡੇਰੇ ਜੰਗਲਾਂ ਦੇ ਵਿੱਚ ਕਮਹਾਤਮਾ ਮਧ ਉਦਾਸ ਵੈਰਾਗੀ ਰਹਿੰਦਾ ਸੀ ਦੇਖੋ ਲੋਕ ਦਿਨ ਕੱਟਦੇ ਸਨ ਅਗਾ ਪਿਸ਼ਾ ਕਰਕੇ ਔਰੰਗਜ਼ੇਬ ਜੰਝੂ ਲਾ ਰਿਆ ਸੀ ਖਾਤਮਾ ਕਰਦਾ ਸੀ ਮਹਾਰਾਜ ਉਹਦੇ ਡੇਰੇ ਗਏ ਥਾਪੜਾ ਦਿੱਤਾ ਖੰਡੇ ਦੀ ਪੌੜ ਬਖਸ਼ ਕੇ ਬੰਦਾ ਸਿੰਘ ਬਹਾਦਰ ਬਣਾਇਆ ਜਿੰਨੀ ਸਤਗੁਰ ਸੇਵਿਆ ਤਾਣ ਨੇ ਤਾਣੇ ਤਿਸ ਅਜ਼ਮਤ ਬਖਸ਼ ਕੇ ਤਾਕਤ ਬਖਸ਼ ਕੇ ਦੀਨ ਦੁਨੀਆ ਦੇ ਮਾਲਕ ਨੇ ਪੰਜ ਸਿੰਘ ਦਿੱਤੇ ਪੰਜ ਤੀਰ ਦਿੱਤੇ ਢੰਡੇ ਬੁੰਗੇ ਨਿਸ਼ਾਨ ਦਿੱਤੇ ਔਰ ਸਾਰੇ ਭਾਰਤ ਵਰਸ਼ ਦੇ ਸਿੱਖਾਂ ਨੂੰ ਹੁਕਮਨਾਮੇ ਕੱਢੇ ਮੈਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਾਲਸਾ ਫੌਜ ਦਾ ਆਗੂ ਬਣਾ ਕੇ ਭੇਜ ਰਿਹਾ ਤੁਸੀਂ ਸਾਥ ਦੇਣਾ ਹੈ ਇਹ ਕੱਲਾ ਕੁਝ ਨਹੀਂ ਕਰ ਪਾਵੇਗਾ ਸਾਰੇ ਪੰਜਾਬ ਭਾਰਤ ਵਰਸ਼ ਵਿੱਚੋਂ ਸਿੰਘਾਂ ਦੇ ਜਥੇ ਨਾਲ ਰਲੇ ਜਿਵੇਂ ਬਾਬਾ ਦੀਪ ਸਿੰਘ ਹੁਣੀ ਦਮਦਮਾ ਸਾਹਿਬ ਤੋਂ ਅਗੇ ਇਦਾਂ ਸਾਰੇ ਸਿੰਘ ਰਲੇ ਫਿਰ ਚੱਪੜ ਚਿੜੀ ਦੇ ਮੈਦਾਨ ਵਿੱਚ ਵਜ਼ੀਰ ਖਾਂ ਦਾ ਖੁਰਾਕ ਖੋਜ ਮਿਟਾਇਆ ਗਿਆ ਸਰਹੰਦ ਫਤਿਹ ਕਰਕੇ ਬਾਦ ਸਿੰਘ ਨੂੰ ਗਵਰਨਰ ਥਾਪਿਆ ਇੱਧਰ ਭਾਰਤ ਵਰਸ਼ ਦੇ ਵਿੱਚ ਖਾਲਸਾ ਰਾਜ ਦੇ ਝੰਡੇ ਬੁਲੰਦ ਹੋਣ ਲੱਗੇ ਇਹਨੂੰ ਬਾਣੀ ਕਹਿੰਦੀ ਹੈ ਗੁਰ ਕੀ ਦਇਆ ਤੇ ਮੇਰਾ ਵੱਡ ਪ੍ਰਤਾਪ ਗੁਰੂ ਦੀ ਕਿਰਪਾ ਨਾਲ ਇੱਕ ਡੇਰੇ ਵਿੱਚ ਜੰਗਲੀ ਬੈਠ ਕੇ ਦਿਨ ਕੱਟਣ ਵਾਲਾ ਸਾਧੂ ਜਰਨੈਲ ਬਣ ਗਿਆ ਤਖਤਾਂ ਤੇ ਬੈਠਣ ਵਾਲਾ ਬਾਦਸ਼ਾਹ ਬਣ ਗਿਆ ਹੁਣ ਇਸ ਗੱਲ ਨੂੰ ਸਮਝਿਓ ਗੁਰੂ ਕਿਹਦਾ ਨਿਰਵੈਰ ਹੈ ਔਰੰਗਜ਼ੇਬ ਸਾਹਿਬ ਜਾਦੇ ਸ਼ਹੀਦ ਕਰਵਾਉਂਦਾ ਹੈ ਤੇ ਗੁਰੂ ਔਰੰਗਜ਼ੇਬ ਦੇ ਫਰਜ਼ੰਦ ਬਹਾਦਰ ਸ਼ਾਹ ਨੂੰ ਤਖਤ ਦਿਵਾਉਂਦੇ ਨੇ ਤੇ ਜਿੰਨੇ ਵੀ ਮੁਗਲਾਂ ਨੂੰ ਸੋਦਾ ਲਾਇਆ 14 ਜੰਗਾਂ ਲੜੀਆਂ ਉਹ ਵੈਰ ਕਰਕੇ ਨਹੀਂ ਲੜੀਆਂ ਵੀ ਮਹਾਰਾਜ ਵੈਰੀ ਨੇ ਕਿਸੇ ਧਰਮ ਦੇ ਇਸਲਾਮ ਦੇ ਨਹੀਂ ਅਸਲ ਔਰੰਗਜ਼ੇਬ ਮੁਗਲਿਆ ਰਾਜ ਇਨਸਾਨੀਅਤ ਦਾ ਵੈਰੀ ਸੀ ਪ੍ਰੇਮ ਨਾਲ ਸਮਝਾਇਆ ਨਹੀਂ ਸਮਝੇ ਗੁਰੂ ਤੇਗ ਬਹਾਦਰ ਨੂੰ ਨਾ ਸ਼ਹੀਦ ਕਰ ਦਿੱਤਾ ਸਮਝਾਉਣ ਵਾਲੇ ਨੂੰ ਤੇ ਉਹਨਾਂ ਸ਼ਹੀਦ ਕੀਤਾ ਫਿਰ ਤਲਵਾਰ ਉਠਾ ਕੇ ਮੂੰਹ ਭੰਣੇ ਪਏ ਗੁਰਾਂ ਨੂੰ ਲੱਖ ਤੁਸੀਂ ਸਮਝਾਓ ਭਾਈ ਜੀ ਅਹੰਕਾਰੀ ਬੰਦਾ ਨਹੀਂ ਸਮਝਦਾ ਪ੍ਰੇਮ ਦੀ ਬਾਸ਼ਾ ਉੱਥੇ ਫਿਰ ਤਲਵਾਰ ਉਠਾਉਣੀ ਪੈਂਦੀ ਹੈ ਗੁਰੂ ਨਿਰਵੈਰ ਹੈ ਪਰ ਦੁਸ਼ਮਣਾਂ ਦੇ ਮੂੰਹ ਭੰਣਨੇ ਪੈਂਦੇ ਨੇ ਮੂਰਖ ਗੰਢ ਪਵੈ ਮੂਹਮਾਰ ਖੈਰ ਬਾਣੀ ਕਹਿੰਦੀ ਆ ਨਿਰਵੈਰ ਪੁਰਖ ਸਤਗੁਰ ਪ੍ਰਭ ਦਾਤੇ ਹਮ ਅਪਰਾਧੀ ਤੁਮ ਬਖਸ਼ਾਤੇ ਜਿਸ ਪਾਪੀ ਕੋ ਮਿਲੇ ਨਾ ਢੋਈ ਸ਼ਰਣ ਆਵੇ ਤਾਂ ਨਿਰਮਲ ਹੋਈ ਸੁਖ ਪਾਇਆ ਸਤਗੁਰੂ ਮਨਾਏ ਸਭ ਫਲ ਪਾਏ ਗੁਰੂ ਤੇ ਆਏ ਗੁਰੂ ਦੀ ਸ਼ਰਣ ਆ ਜਾਵੇ ਚਾਹੇ ਦੁਸ਼ਮਣ ਬਣ ਕੇ ਕੋਈ ਵਿਚਰਦਾ ਰਿਹਾ ਹੋਵੇ ਗੁਰੂ ਉਸ ਨੂੰ ਵੀ ਢੋਈ ਦੇ ਦਿੰਦਾ ਹੈ ਸੁਖ ਬਖਸ਼ ਦਿੰਦਾ ਹੈ ਨਿਰਵੈਰ ਹਸਤੀ ਹੈ ਅੱਗੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਨਿਰਵੈਰ ਨਾਲੋ ਵੈਰ ਰਚਾਏ ਦਾ ਆਪਣੈ ਘਰ ਲੂਕੀ ਲਾਏ ਹੁਣ ਮਹਾਰਾਜ ਤੇ ਨਿਰਵੈਰ ਨੇ ਪਰ ਜੇ ਫਿਰ ਵੀ ਉਹਨਾਂ ਨਾਲ ਕੋਈ ਵੈਰ ਕਮਾਉਣਾ ਨਾ ਛੱਡੇ ਦੁਸ਼ੈਸ਼ ਕਰਨੀ ਨਾ ਛੱਡੇ ਦੁਸ਼ਮਣੀ ਵਿਰੋਧ ਕਰਦਾ ਰਹੇ ਤੇ ਕਹਿੰਦੇ ਗੁਰੂ ਦਾ ਕੀ ਵਿਗਾੜ ਲਵੇਗਾ ਉਹਨੇ ਆਪਣੇ ਘਰ ਹੀ ਲੂਕੀ ਲਾ ਲਈ ਲੂਕੀ ਦਾ ਭਾਵ ਹੈ ਚੁਆਤੀ ਚੰਗਿਆੜੀ ਮੁਆਤੀ ਉਲਕਾ ਮਹਾਰਾਜ ਕਹਿੰਦੇ ਨੇ ਜਿਹੜਾ ਗੁਰੂ ਨਾਲ ਵੈਰ ਕਰਦਾ ਹੈ ਉਹਦੇ ਅੰਦਰ ਈਰਖਾ ਦੀ ਚੁਆਤੀ ਬਲਦੀ ਰਹਿੰਦੀ ਹੈ ਈਰਖਾ ਦੇ ਅੰਗਿਆਰ ਮੱਚਦੇ ਰਹਿੰਦੇ ਨੇ ਉਹ ਗੁਰੂ ਦੀ ਚੜ੍ਹਾਈ ਵੇਖ ਕੇ ਛੜਦਾ ਰਹਿੰਦਾ ਹੈ ਗੁਰੂ ਦਾ ਕੀ ਘਟੇਗਾ ਕੁਝ ਵੀ ਨਹੀਂ ਉਹਦਾ ਜੀਵਨ ਸਾਰਾ ਤਪਦਿਆਂ ਇੰਨਾ ਗ ਜਾਂਦਾ ਹੈ ਵਿਕਾਰਾਂ ਵਿੱਚ ਈਰਖਾ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਜਨ ਕੀ ਉਸਤਤ ਹੈ RAM ਨਾਮਾ ਦਹ ਦਸ ਸੋਬਾ ਪਾਈ ਨਿੰਦਕ ਸਾਕਤ ਖਵ ਨਾ ਸਕੈ ਤਿਲ ਆਪਣੈ ਕਰ ਲੁਕੀ ਲਈ ਸਾਧੂਆਂ ਸੰਤਾਂ ਗੁਰਾਂ ਦੀ ਮਹਿਮਾ ਵੇਖ ਕੇ ਨਿੰਦਕ ਬਲਦਾ ਰਹਿੰਦਾ ਉਹਨਾਂ ਦੀ ਮਹਿਮਾ ਥੋੜਾ ਕਟਣੀ ਐ ਇਹਦੇ ਈਰਖਾ ਕੀਤਿਆਂ ਇਤੇ ਆਪ ਹੀ ਚਿੰਤਾ ਵਿੱਚ ਸੜ ਕੇ ਮੁੱਕ ਜਾਵੇਗਾ ਆਵਾਗਮਣ ਵਿੱਚ ਪੈ ਜਾਵੇਗਾ ਅਗੇ ਗੁਰੂ ਅਮਰਦਾਸ ਕਹਿੰਦੇ ਨੇ ਅੰਤਰ ਕ੍ਰੋਧ ਅਹੰਕਾਰ ਹੈ ਅਨ ਦਿਨ ਜਲੇ ਸਦਾ ਦੁੱਖ ਪਾਏ ਗੁਰਾਂ ਨਾਲ ਵੈਰ ਕਮਾਉਣ ਵਾਲੇ ਦੇ ਅੰਦਰ ਕ੍ਰੋਧ ਦੀ ਅੱਗ ਬਲਦੀ ਰਹਿੰਦੀ ਹੈ ਹੰਕਾਰ ਦੀ ਅੱਗ ਬਲਦੀ ਰਹਿੰਦੀ ਹੈ ਦਿਨ ਰਾਤ ਉਹ ਵਿਕਾਰਾਂ ਦੀ ਅੱਗ ਵਿੱਚ ਚਿੰਤਾ ਵਿੱਚ ਸੜਦਾ ਰਹਿੰਦਾ ਹੈ ਉਦੇ ਜੀਵਨ ਵਿੱਚ ਸਦਾ ਦੁੱਖ ਹੀ ਦੁੱਖ ਰੋਗ ਹੀ ਰੋਗ ਸੋਗ ਹੀ ਸੋਗ ਹੁੰਦੇ ਨੇ ਮਨਮੁਖ ਕਰਮ ਕਮਾਵਣੇ ਹਉਮੈ ਜਲੇ ਜਲਾਏ ਜੰਮਣ ਮਰਨ ਨਾ ਚੁਕਈ ਫਿਰ ਫਿਰ ਆਵੇ ਜਾਏ ਮਨਮੁਖ ਬੰਦਾ ਵਿਕਾਰਾਂ ਵਿੱਚ ਤਪਦਾ ਰਹਿੰਦਾ ਹੈ ਸੰਸਾਰ ਦੇ ਮੋਹ ਵਿੱਚ ਲੱਗਿਆ ਰਹਿੰਦਾ ਹੈ ਇਸ਼ਾਵਾਂ ਪੂਰੀਆਂ ਨਹੀਂ ਹੁੰਦੀਆਂ ਐ ਸ਼ਾਵਾਂ ਵਿੱਚ ਤਪਦਾ ਤਪਦਾ ਜਾਨ ਗਵਾਉਂਦਾ ਐ ਚਰਾਸੀ ਲੱਖ ਜੂਨਾ ਵਿੱਚ ਫਿਰ ਪੈ ਜਾਂਦਾ ਐ ਹੋਰ ਐਸੇ ਵੈਰ ਕਮਾਉਣ ਵਾਲੇ ਮਨਮੁਖ ਬਾਬਤ ਅੱਗੇ ਗੁਰੂ ਅਮਰਦਾਸ ਕਹਿੰਦੇ ਨੇ ਕੂੜ ਬੋਲ ਬੋਲ ਨਿਤ ਭੌਂਕਦੇ ਬਿਖ ਖਾਦੇ ਦੂਜੇ ਭਾਏ ਐਸੇ ਮਨਮੁਖ ਬੰਦੇ ਕੁਫਰ ਤੋਲਦੇ ਨੇ ਝੂਠ ਬੋਲਦੇ ਨੇ ਨਿੰਦਾ ਕਰਦੇ ਨੇ ਔਰ ਅਜਾਈਂ ਬੋਲਣਾ ਇਹ ਇਦਾਂ ਐ ਜਿਵੇਂ ਕੋਈ ਕੁੱਤਾ ਭੌਂਕਦਾ ਹੁੰਦਾ ਹੈ ਮਹਾਰਾਜ ਕਹਿੰਦੇ ਨੇ ਬਿਖ ਖਾਂਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜ਼ਹਿਰ ਖਾਂਦੇ ਨੇ ਮਰਦਾਰ ਦੂਜੇ ਦਾ ਹੱਕ ਖਾਂਦੇ ਨੇ ਇਹ ਸਦਾ ਦੁਸ਼ਵੈਸ਼ ਵਿੱਚ ਪਏ ਰਹਿੰਦੇ ਨੇ ਇਰਖਾ ਵਿੱਚ ਇਹਨਾਂ ਦੇ ਬੋਲ ਇਦਾਂ ਦੇ ਨੇ ਇਉਂ ਜਾਪਦਾ ਏ ਜਿਵੇਂ ਜ਼ਹਿਰ ਉਗਲਦੇ ਹੋਣ ਸੱਪ ਵਾਂਗ ਐਸੇ ਇਹਨਾਂ ਦੇ ਭੱਦੇ ਬੋਲ ਹੁੰਦੇ ਨੇ ਸੋ ਮਹਾਰਾਜ ਆਖਣ ਲੱਗੇ ਇਹ ਲੋਕ ਮੁਕਤੀ ਨਹੀਂ ਪਾ ਸਕਦੇ ਸੜਦੇ ਸੜਦੇ ਛੱਡ ਜਾਂਦੇ ਨੇ ਕੂਕਰ ਸੂਕਰ ਕਈ ਹੈ ਕੁੜਿਆਰਾ ਭੌਕ ਮਰ ਹੈ ਭਉ 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 ਹਾਰਾ ਮਨ ਤਨ ਝੂਠੇ ਕੂੜ ਕਮਾਵ ਹੈ ਦੁਰਮਤ ਦਰਗ ਹੈ ਹਾਰਾ ਹੈ ਜਿਵੇਂ ਕੁੱਤਾ ਹਲਕ ਜਾਂਦਾ ਹੈ ਨਾ ਮਾਲਕ ਨੂੰ ਵੱਡ ਦਿੰਦਾ ਹੈ ਲੋਭੀ ਬੰਦਾ ਮਨਮੁਖ ਬੰਦਾ ਮਾਇਆ ਵਿੱਚ ਤਪਦਾ ਹੋਇਆ ਬੰਦਾ ਇਉਂ ਹਲਕੇ ਕੁੱਤੇ ਵਾਂਗ ਆਪਣਿਆਂ ਨੂੰ ਹੀ ਕਟਣ ਲੱਗ ਪੈਂਦਾ ਹੈ ਆਵਾ ਗਵਣ ਵਿੱਚ ਪੈ ਜਾਂਦਾ ਹੈ ਦਰਗਾਹ ਵਿੱਚ ਵੀ ਲਾਂਤਾ ਖਟਦਾ ਹੈ ਅੱਗੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਬਿਖ ਮਾਇਆ ਕਾਰਣ ਭਰਮ ਦੇ ਫਿਰ ਘਰ ਘਰ ਪਤ ਗਵਾਏ ਐਸੇ ਮਨਮੁਖ ਲੋਕ ਜਿਨ੍ਹਾਂ ਨੂੰ ਸੰਤੋਖ ਨਹੀਂ ਹੈ ਮਾਇਆ ਪਿੱਛੇ ਦੌੜਦੇ ਨੇ ਠਗੀਆਂ ਮਾਰਦੇ ਨੇ ਘਰ ਘਰ ਜਾ ਕੇ ਮਰਦਾਰ ਖਾਣਗੇ ਦੂਜੇ ਦਾ ਹੱਕ ਮਾਰਨ ਦਾ ਯਤਨ ਕਰਨਗੇ ਕਹਿੰਦੇ ਇਹੋ ਜੇ ਮਨਮੁਖ ਬੰਦੇ ਕਈਆਂ ਜੂਨਾ ਰੋਪੀ ਘਰਾ ਵਿੱਚ ੜਕਦੇ ਹੋਏ ਪੱਤ ਗਵਾ ਲੈਂਦੇ ਨੇ ਭਾਵ ਕੀੜਿਆਂ ਮਕੌੜਿਆਂ ਦੀਆਂ ਜੂਨਾ ਵਿੱਚ ਕੀ ਪੱਤ ਹੈ ਨਾਲੀ ਦੇ ਕੀਟ ਬਣੇ ਰਹਿੰਦੇ ਨੇ ੜਕਦੇ ਫਿਰਦੇ ਨੇ ਠਗੀਆਂ ਮਾਰਨ ਲਈ ਦੁਨੀਆ ਦੇ ਅੰਦਰ ਇਹ ਵਿਚਰਦੇ ਨੇ ਛਲਕਪਟ ਕਰਦੇ ਨੇ ਧੋਖਾ ਧੜੀ ਕਰਦੇ ਨੇ ਪਰਲੋਕ ਇਹਨਾਂ ਨੂੰ ਲਾਹਨਤਾਂ ਪਾਉਂਦੇ ਨੇ ਆਪਾਂ ਦੇਖਿਆ ਨਾ ਕੁਈ ਕਿਸੇ ਦਾ ਹੱਕ ਮਾਰੇ ਮਰਦਾਰ ਖਾਵੇ ਤੇ ਉਹ ਸਾਰੇ ਰੌਲਾ ਪਹਿ ਜਾਂਦਾ ਵੀ ਠੱਗ ਹੈ ਠਗੌਲੀ ਪਾਉਂਦਾ ਹੈ ਇਹਦੇ ਕੋਲੋਂ ਬਚ ਕੇ ਰੋ ਗੁਰਮਖਾਂ ਦੀ ਜਿੱਥੇ ਵਡਿਆਈ ਹੈ ਮਨਮੁਖਾਂ ਨੂੰ ਲਾਂ ਤਾਂ ਹੀ ਨੇ ਮਨਮੁਖ ਨਾਮ ਨਾ ਜਾਣਨੀ ਵਿਣ ਨਾਵੈ ਪਤ ਜਾਏ ਸ਼ਬਦ ਹੈ ਸਾਧਨਾ ਆਇਓ ਲਾਗੇ ਦੂਜੈ ਪਾਏ ਮਨਮੁਖ ਮੋਹ ਵਿਆਪਿਆ ਬੈਰਾਗ ਉਦਾਸੀ ਨਾ ਹੋਏ ਸ਼ਬਦ ਨਾ ਚੀਨੈ ਸਦਾ ਦੁਖ ਹਰ ਦਰਗਹ ਪਤ ਖੋਏ ਆਵਣ ਜਾਣਾ ਜੰਮਣ ਮਰਣਾ ਮਨਮੁਖ ਪਤ ਗਵਾਈ ਸਤਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਮਨਮੁਖਾਵਾ ਗਵਣ ਵਿੱਚ ਪੈ ਕੇ ਇੱਜ਼ਤ ਗਵਾਉਂਦੇ ਨੇ ਵੈਰਾਗ ਨਹੀਂ ਧਾਰਦੇ ਸੰਸਾਰ ਦਾ ਮੋਹ ਕਰਦੇ ਸੰਸਾਰ ਤੇ ਹੀ ਪੱਦੀਆਂ ਜੂਨਾ ਵਿੱਚ ਆਉਂਦੇ ਨੇ ਗੁਰਮਖਾਂ ਦੀ ਵਡਿਆਈ ਹੈ ਗੁਰਮਖਾਂ ਦੀ ਜੋਤ ਗੁਰੂ ਆਪਣੇ ਵਿੱਚ ਮਿਲਾ ਲੈਂਦਾ ਹੈ ਛੱਲਾ ਸਾਗਰ ਵਿੱਚ ਮਿਲ ਜਾਂਦੀਆਂ ਨੇ ਉਹਨਾਂ ਦੀ ਜੈਜਕਾਰ ਹੁੰਦੀ ਹੈ ਅੱਗੇ ਕਹਿੰਦੇ ਗੁਰੂ ਅਮਰਦਾਸ ਬੇਸਵਾ ਕੇਰੇ ਪੂਤ ਜਿਓ ਪਿਤਾ ਨਾਮ ਤੇ ਸਜਾਏ ਬੇਸਵਾ ਵੇਸ਼ ਕਹਿੰਦੇ ਨੇ ਸ਼ਕਲ ਨੂੰ ਜੇ ਦੀਆਂ ਬਹੁਤੀਆਂ ਸ਼ਖਲਾਂ ਨੇ ਭਾਵ ਜਿਹੜੀ ਇੱਕ ਖਸਮ ਵਾਲੀ ਨਹੀਂ ਹੈ ਜਿਹੜੀ ਆਪਣੇ ਸਰੀਰ ਨੂੰ ਵੇਚਦੀ ਹੈ ਪੈਸੇ ਦੇ ਲਈ ਹੁਣ ਵੇਸਵਾ ਕਰ ਕਾਕਾ ਜੰਮ ਪਵੇ ਤੇ ਜਿਵੇਂ ਕੋਈ ਵੀ ਮਰਦ ਉਸ ਬੱਚੇ ਦੇ ਬਾਪ ਵਜੋਂ ਆਪਣਾ ਨਾਮ ਨਹੀਂ ਦਵੇਗਾ ਉਹ ਆਖੇਗਾ ਕੀ ਪਤਾ ਕਿਹਦਾ ਏ ਤੂੰ ਕਈਆਂ ਦਾ ਸੰਗ ਕਰਦੀ ਐ ਮਾਈ ਇਹ ਤਾਂ ਜਿਹੜਾ ਮਨਮੁਖ ਬੰਦਾ ਹੈ ਪਰਮਾਤਮਾ ਦੇ ਦਰ ਉੱਪਰ ਸਤਕਾਰ ਅਦਬ ਨਹੀਂ ਪਾਉਂਦਾ ਕਿਉਂਕਿ ਉਹਦਾ ਗੁਰੂ ਹੈ ਹੀ ਨਹੀਂ ਹੈ ਉਹ ਦਰਦਰ ਤੇ ਭੜਕਦਾ ਰਿਹਾ ਹੈ ਉਹਨੇ ਮੁਰਸ਼ਿਦ ਧਾਰਿਆ ਹੀ ਨਹੀਂ ਹੈ ਜਿਉਂ ਬੇਸੂਆ ਪੂਤ ਬਾਪ ਕੋ ਕਹੀਐ ਤਉ ਫੋਕਟਕਾਰ ਵਿਕਾਰਾ ਹੈ ਜਿਹੜੇ ਇੱਕ ਬੇੜੀ ਵਿੱਚ ਚੜ੍ਹੇ ਹੀ ਨਾ ਪਾਰ ਕਿਥੋਂ ਲੱਗਣਗੇ ਬਹੁਤੀਆਂ ਬੇੜੀਆਂ ਵਾਲੇ ਡੁੱਬ ਜਾਂਦੇ ਨੇ ਜੇ ਨਾ ਇੱਕ ਨੂੰ ਖਸਮ ਮੰਨਿਆ ਹੀ ਨਹੀਂ ਉਹਨਾਂ ਦਾ ਪਾਰ ਉਤਾਰਾ ਨਹੀਂ ਹੁੰਦਾ ਅਗੇ ਗੁਰੂ ਅਮਰਦਾਸ ਕਹਿੰਦੇ ਹਰ ਹਰ ਨਾਮ ਨਾ ਚੇਤਨੀ ਕਰਤੈ ਆਪ ਖੁਆਏ ਪਰਮਾਤਮਾ ਦਾ ਉਹ ਮਨਮੁਖ ਨਾਮ ਕਦੇ ਵੀ ਜ਼ਿਹਨ ਵਿੱਚ ਨਹੀਂ ਟਿਕਾਉਂਦੇ ਕਦੇ ਵੀ ਸਿਮਰਨ ਨਹੀਂ ਕਰਦੇ ਇਉਂ ਸਮਝੋ ਪਰਮਾਤਮਾ ਨੇ ਉਹਨਾਂ ਨੂੰ ਭਟਕਾਇਆ ਹੋਇਆ ਹੈ ਭੁਲਾਇਆ ਹੋਇਆ ਹੈ ਆਪਣਾ ਨਾਮ ਉਹ ਸੰਸਾਰ ਹੀ ਜਪਦੇ ਨੇ ਨਿਰੰਕਾਰ ਨੂੰ ਨਹੀਂ ਜਪਦੇ ਵਿਣ ਨਾਵੇ ਸਭ ਦੁੰਮਣੀ ਦੂਜੇ ਭਾਏ ਖਵਾਏ ਪਰਮ ਪੁਲਾਣਾ ਅੰਦੁਲਾ ਫਿਰ ਫਰੇ ਆਵੇ ਜਾਏ ਮਹਾਰਾਜ ਕਹਿੰਦੇ ਨੇ ਜਿਹੜਾ ਅਕਾਲ ਪੁਰਖ ਦੇ ਨਾਮ ਵੱਲੋਂ ਖੁੰਝ ਗਿਆ ਉਹਦੀ ਅਵਸਥਾ ਦੀ ਜੀਵਨ ਦੀ ਰਾਤ ਦੁੱਖਾਂ ਵਿੱਚ ਕੀਰਣੇ ਪਾਉਂਦਿਆਂ ਲੰਘ ਗਈ ਦੁੱਖਾਂ ਵਿੱਚ ਹੀ ਜੀਵਨ ਬਤੀਤ ਹੋਇਆ ਅਗੇ ਗੁਰੂ ਅਮਰਦਾਸ ਕਹਿੰਦੇ ਹਰ ਗੁਰਮੁਖ ਕਿਰਪਾ ਧਾਰੀ ਅਨ ਜਨ ਵਿਛੜੇ ਆਪ ਮਿਲਾਏ ਫਿਰ ਜਿਹੜਾ ਗੁਰੂ ਨਾਨਕ ਦੇ ਦਰ ਤੇ ਆ ਗਿਆ ਵੱਡਿਆਂ ਭਾਗਾਂ ਵਾਲਾ ਜਿਸ ਨੂੰ ਗੁਰੂ ਨਾਨਕ ਦਾ ਦਰ ਨਸੀਬ ਹੋਇਆ ਗੁਰੂ ਦਾ ਸ਼ਬਦ ਉਸਨੇ ਜਪਿਆ ਬਾਣੀ ਦਾ ਅਭਿਆਸ ਕੀਤਾ ਬਾਣੀ ਪੜ੍ਹੀ ਜਦੋਂ ਉਹ ਸੱਚੇ ਮਨੋਂ ਪਛਤਾਪ ਗੁਰੂ ਦੇ ਦਰ ਤੇ ਕਰਦਾ ਹੈ ਫਿਰ ਮਹਾਰਾਜ ਬਖਸ਼ਿੰਦ ਨੇ ਆਪਣੇ ਦਰ ਤੇ ਆਏ ਨੂੰ ਗਲੇ ਨਾਲ ਲਾ ਲੈਂਦੇ ਨੇ ਜਿਵੇਂ ਬੱਚਾ ਗਲਤੀ ਕਰੇ ਤੇ ਮਾਂ ਸੀਨੇ ਨਾਲ ਲਾ ਲੈਂਦੀ ਹੈ ਆਪੇ ਦਇਆ ਕਰੇ ਪ੍ਰਭ ਦਾਤਾ ਸਤਗੁਰੂ ਪੁਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨ ਮੇਲੇ ਨਾਨਕ ਸਹਿਜ ਸੁਭਾਏ ਗੁਰੂ ਵੱਡਿਆਂ ਭਾਗਾ ਨਾਲ ਮਿਲਦਾ ਹੈ ਤੇ ਗੁਰੂ ਮਿਲ ਗਿਆ ਤੇ ਫਿਰ ਮੁਕਤੀ ਮਿਲ ਜਾਂਦੀ ਹੈ ਅਗੇ ਗੁਰੂ ਅਮਰਦਾਸ ਕਹਿੰਦੇ ਨੇ ਜਨ ਨਾਨਕ ਤਿਸ ਬਲ ਹਾਰਣੈ ਜੋ ਸਤਗੁਰ ਲਾਗੇ ਪਾਏ ਬਲ ਬਲੀ ਦੇਣ ਨੂੰ ਕਹਿੰਦੇ ਨੇ ਆਪਣਾ ਆਪ ਵਾਰ ਦੇਣਾ ਹਾਰ ਜਾਣਾ ਬਲ ਹਾਰੇ ਜਾਵਾਂ ਉਹਨਾਂ ਗੁਰਮਖਾਂ ਤੋਂ ਜਿਨ੍ਹਾਂ ਗੁਰੂ ਦੇ ਚਰਨ ਪਕੜੇ ਹਉ ਤਿਨ ਕੈ ਬਲ ਹਾਰਣੈ ਜੇ ਗੁਰ ਕੀ ਪੈਰੀ ਪਾਹੇ ਦੇਖ ਦਰਸ਼ਨ ਮਨ ਸਾਧਾਰੈ ਪਾਪ ਸਗਲੇ ਜਾਹੇ ਜਿਹੜੇ ਗੁਰੂ ਦੇ ਚਰਨੀ ਪੈ ਜਾਣ ਬਲਹਾਰੇ ਜਾਉ ਉਹਨਾਂ ਗੁਰਮਖਾਂ ਦੇ ਉਹਨਾਂ ਦੀ ਸੰਗਤ ਕਰੋਗੇ ਤੇ ਤੁਹਾਡੇ ਪਾਪ ਵੀ ਕੱਟੇ ਜਾਣਗੇ ਤੁਸੀਂ ਮੁਕਤ ਹੋਵੋਗੇ ਅੱਗੇ ਮਹਾਰਾਜ ਗੁਰੂ ਅਮਰਦਾਸ ਕਹਿੰਦੇ ਨਾਮ ਲੱਗੇ ਸੇ ਉਬਰੇ ਬਿਨ ਨਾਵੇ ਜਮਪੁਰ ਜਾਹੇ ਇਸ ਸ਼ਲੋਕ ਵਿੱਚ ਪਾਤਸ਼ਾਹ ਕਹਿੰਦੇ ਨੇ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਉਬਰੇ ਉਹਨਾਂ ਦਾ ਉਧਾਰ ਹੋ ਗਿਆ ਉਹ ਡੁੱਬਦੇ ਹੋਏ ਬਚ ਗਏ 84 ਲੱਖ ਜੂਨਾ ਤੋਂ ਨਜ਼ਾਤ ਮਿਲ ਗਈ ਜੰਪੂਰ ਜਮਾ ਦੀ ਪੁਰੀ ਜੋ ਅੱਖਾਂ ਦਾ ਵਿਸ਼ਾ ਨਹੀਂ ਅਗੋਚਰ ਹੈ ਜਮਾ ਦੇ ਨਗਰ ਉਹਨਾਂ ਨੂੰ ਜਾਣਾ ਪੈਣਾ ਸੀ ਪਰ ਨਾਮ ਜਪ ਕੇ ਬਚ ਗਏ ਸੱਚਖੰਡ ਗਏ ਮੁਕਤੀ ਮਿਲ ਗਈ ਬਿਨ ਨਾਵੇ ਠੌਰਣਾ ਪਾਏ ਨਹੀਂ ਜੰਪੂਰ ਦੂਖ ਸਹਾਹੇ ਨਾਮ ਤੋਂ ਬਿਨਾਂ ਜਮਾ ਦੀ ਮਾਰ ਪੈਂਦੀ ਐ ਨਾਮ ਹੀ ਗਵਾਹੀ ਦੇ ਕੇ ਜਮਾ ਦੇ ਕਟਹਿਰੇ ਚੋਂ ਬਚਾਉਂਦਾ ਐ ਸਗਲ ਸੰਸਾਰ ਇਹ ਬਿਦ ਬਿਆਪਿਓ ਸੋ ਉਬਰਿਓ ਜਿਸ ਗੁਰਪੂਰਾ ਕਹੋ ਨਾਨਕ ਪਵ ਸਾਗਰ ਤਰਿਓ ਭਏ ਪੁਨੀਤ ਸਰੀਰਾ ਜਿਹੜੇ ਪੂਰੇ ਗੁਰੂ ਦੇ ਲੜ ਲਗੇ ਉਹ ਰੋਗਾਂ ਤੋਂ ਸੋਗਾਂ ਤੋਂ 84 ਲੱਖ ਜੂਨਾ ਤੋਂ ਉਬਰ ਗਏ ਉਹਨਾਂ ਮੁਕਤੀ ਹਾਸਲ ਕਰਨ ਲਈ ਨਾਨਕ ਉੱਭਰੇ ਨਾਮ ਜਪ ਦਰ ਸਚੈ ਸਵਾਸ ਇੱਥੇ ਵੀ ਸ਼ਾਬਾਸ਼ ਗੁਰਮਖਾ ਨੂੰ ਨਾਮ ਜਪਣ ਵਾਲਿਆਂ ਨੂੰ ਪ੍ਰਲੋਕ ਵਿੱਚ ਵੀ ਸ਼ਾਬਾਸ਼ ਮਿਲਦੀ ਹੈ ਨਾਨਕ ਬਿਨ ਨਾਵੇ ਸੁਖ ਨਹੀਂ ਆਏ ਗਏ ਪਸ਼ੂਤਾ ਹੈ ਤੇ ਜਿਨ੍ਹਾਂ ਨੇ ਅਕਾਲ ਪੁਰਖ ਦਾ ਨਾਮ ਨਹੀਂ ਜਪਿਆ ਉਹਨਾਂ ਨੂੰ ਸੁਖ ਨਹੀਂ ਮਿਲਦਾ ਉਹਨਾਂ ਦਾ ਆਉਣਾ ਕਰਮਾਂ ਦੀ ਮਾਰ ਭੋਗਣ ਲਈ ਜਾਣਾ ਵੀ ਨਰਕਾਂ ਵਿੱਚ ਕਰਮਾਂ ਦੀ ਮਾਰ ਭੋਗਣ ਪਛਤਾਪ ਵਿੱਚ ਹੀ ਜੀਵਨ ਲੰਘਦੇ ਨੇ ਨਾਨਕ ਬਿਨ ਨਾਵੇ ਜਮ ਮਾਰਸੀ ਅੰਤ ਗਿਆ ਪਸ਼ੂਤਾਏ ਕਹਿੰਦੇ ਦਾ ਮੈਸੈਂਜਰ ਆਫ ਡੈਥ ਪੁਨਿਸ਼ਿਜ਼ देम ਜੇ ਨਾਮ ਨਹੀਂ ਜਪੋਗੇ ਤੇ ਡਾਂਗਾ ਖਾਓਗੇ ਵਿਸ਼ਟਾ ਅੰਦਰ ਵਾਸ ਹੈ ਫਿਰ ਫਿਰ ਜੂਨੀ ਪਾਏ ਕਹਿੰਦੇ ਫਿਰ ਹੋਰਾਂ ਭਦੀਆਂ ਜੂਨਾ ਛਪਾਇਆ ਜਾਂਦਾ ਹੈ ਵਿਸ਼ਟਾ ਦਾ ਕੀਟ ਬਣਾਇਆ ਜਾਂਦਾ ਹੈ ਮਨ ਮੇਰੇ ਏਕੋ ਨਾਮ ਤੇ ਆਏ ਸਰਬ ਸੁਖਾ ਸੁਖ ਉਪਜਹਿ ਦਰਗੇ ਪੈਦਾ ਜਾਏ ਨਾਮ ਤੇ ਆਇਆ ਕਰੋ ਦਰਗਾਹ ਵਿੱਚ ਵੀ ਅਦਬ ਸਤਕਾਰ ਮਿਲੇਗਾ ਇਥੇ ਦਾਸ ਸ਼ਬਦ ਦੀ ਵਿਚਾਰ ਨੂੰ ਸੰਕੋਚਦਾ ਹੈ ਇੱਕ ਬੇਨਤੀ ਕਰਾਂ ਅੱਜ ਦੇ ਦਿਨ ਸਭਰਾਵਾਂ ਵਖੇ ਖਾਲਸਾ ਫੌਜ ਦੀ ਈਸਟ ਇੰਡੀਆ ਕੰਪਨੀ ਦੇ ਨਾਲ ਅਖੀਰਲੀ ਜੰਗ ਹੋਈ ਸੀ ਇਹ ਦਿਹਾੜਾ ਜੇ ਤੁਸੀਂ ਇਤਿਹਾਸ ਵਿੱਚ ਦੇਖੋ 10 ਫਰਵਰੀ 1846 ਦਾ ਹੈ ਇੱਕ ਤਰਫ ਬਾਬਾ ਸ਼ਾਮ ਸਿੰਘ ਅਟਾਰੀ ਦੂਸਰੇ ਪਾਸੇ ਹਿਊਗੋ ਜੋ ਕਮਾਂਡਰ ਇਨ ਚੀਫ ਸੀ ਈਸਟ ਇੰਡੀਆ ਕੰਪਨੀ ਦਾ ਕਮਸ਼ਾ ਦਾ ਯੁੱਧ ਹੋਇਆ ਸੀ ਖਾਲਸਾ ਰਾਜ ਇਹ ਜੰਗ ਜਿੱਤ ਰਿਆ ਸੀ ਪਰ ਲਾਲ ਸਿੰਘ ਤੇਜ ਸਿੰਘ ਆਪਣੀ ਫੌਜ ਲੈ ਕੇ ਗਦਾਰ ਦੌੜ ਗਏ ਜਾਂਦੇ ਹੋਏ ਇਹ ਜਿਹੜਾ ਹਰੀਕੇ ਦਰਿਆ ਤੇ ਪੁਲ ਸੀ ਬੇੜੀਆਂ ਦਾ ਉਹ ਤੋੜ ਗਏ ਬਰੂਦ ਦੀਆਂ ਪੇਟੀਆਂ ਵਿੱਚ ਸਰੋਂ ਤੇ ਰੇਤ ਪਾ ਗਏ ਜਦੋਂ ਖਾਲਸਾ ਪੇਟੀਆਂ ਖੋਲ ਕੇ ਬਰੂਦ ਲੈਣ ਲੱਗਾ ਤੇ ਰੇਤ ਨਿਕਲੀ ਸਰੋਂ ਨਿਕਲੀ ਅਖੀਰ ਹਯਾਰਾ ਸਿੰਘ ਸ਼ਹੀਦ ਹੋਏ ਜੋ ਸੂਰਤ ਸਹੀ ਹੋਏ ਮਰਨਾ ਜੋ ਭਾਗ ਹੈ ਤੇ ਸਜੋਨੀ ਫਿਰਨਾ ਸੂਰਮੇ ਸ਼ਹੀਦ ਹੋਏ ਗਦਾਰ ਦੌੜ ਗਏ ਐਦਾਂ ਸਮਝ ਲਓ ਭਾਰਤ ਵਰਸ਼ ਦੀ ਗੁਲਾਮੀ ਤੋਂ 50 ਸਾਲ ਬਾਅਦ ਫਿਰ ਸਭ ਤੋਂ ਤਾਕਤਵਰ ਪੰਜਾਬ ਦੇਸ਼ ਬ੍ਰਿਟਿਸ਼ ਲੋਕਾਂ ਦਾ ਗੁਲਾਮ ਅੱਜ ਵਾਲੀ ਜੰਗ ਤੋਂ ਬਾਅਦ ਹੋਇਆ 50 ਸਾਲ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦਾ ਗਦਾਰਾਂ ਕਰਕੇ ਤਹਿਸਨੈਸ ਹੋ ਗਿਆ ਔਰ ਇਸ ਇਤਿਹਾਸ ਨੂੰ ਬਿਆਨ ਕਰਦਿਆਂ ਜੰਗ ਨੂੰ ਬਿਆਨ ਕਰਦਿਆਂ ਕੁਝ ਅਲਫਾਸ ਕਵੀ ਨੇ ਲਿਖੇ ਨੇ ਉਹ ਸਾਂਝੇ ਕਰਕੇ ਫਤਿਹ ਬੁਲਾਵਾ ਆਇਆ ਪੜਤਲਾ ਬੀੜ ਕੇ ਤੋਪਖਾਨੇ ਅੱਗੋਂ ਸਿੰਘਾਂ ਨੇ ਪਾਸੜੇ ਤੋੜ ਛੁੱਟੇ ਮਾਖੇ ਖਾ ਤੇ ਮੇਵਾ ਸਿੰਘ ਹੋਏ ਸਿੱਧੇ ਹੱਲੇ ਤਿੰਨੇ ਫਿਰੰਗੀ ਦੇ ਮੋੜ ਸੁਟੇ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਮਾਰ ਸ਼ਸਤਰੀ ਜੋੜ ਵਿਛੋੜ ਸੁਟੇ ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਚੋੜ ਸੁਟੇ ਕਮਸ਼ਾਨ ਦੇ ਯੁੱਧ ਵਿੱਚ ਸ਼ਹਾਦਤ ਹੋਈ ਹਿੰਦ ਪੰਜਾਬ ਦਾ ਇਹ ਯੁੱਧ ਹੋਇਆ ਖਾਲਸਾ ਫੌਜ ਸ਼ਹਾਦਤ ਦੀਆਂ ਅਵਧੀਆਂ ਮਾਣ ਕੇ ਅਮਰਾ ਪਦਵੀ ਨੂੰ ਹਾਸਲ ਕਰ ਗਈ ਜੋਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰਤਲੀ ਗਲੀ ਮੇਰੀ ਆਉ ਇਤਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਣ ਨਾ ਕੀਜੈ ਇਉਂ